ਪ੍ਰਾਇਮੇਸ਼ਾ ਟੀਵੀ ਦਿਲ ਦੀਆਂ ਗਹਿਰਾਈਆਂ ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜੇ ਜੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ-ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਪਰ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੇਟਫਾਰਮਸ ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੇਟਫਾਰਮਸ ਤੇ ਵੀ ਅਸੀਂ ਅਵੇਲੇਬਲ ਹਾਂ ਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਗੀ ਸਤਿ ਸ਼੍ਰੀ ਅਕਾਲ ਪ੍ਰਾਈਮ ਰਿਪੋਰਟ ਦਾ ਅੱਜ ਦਾ ਵਿਸ਼ਾ ਹੈ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਕਿ ਪਿਛਲੇ 10-12 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕल्याणकारी ਯੋਜਨਾਵਾਂ ਦੇ ਤਹਿਤ 15000 ਕਰਮਚਾਰੀਆਂ ਨੂੰ ਹੁਣ 42000 ਰੁਪਏ ਤਨਖਾਹ ਤੋਂ ਘਟਾ ਕੇ ਆਉਂਦੇ 3 ਸਾਲਾਂ ਲਈ 10300 ਰੁਪਏ ਤਨਖਾਹ ਦੇਣ ਦਾ ਹੁਕਮ ਪੰਜਾਬ ਦੇ ਮਾਨਯੋਗ ਰਾਜਪਾਲ ਨੇ ਮਨਜ਼ੂਰ ਕਰ ਲਿਆ ਹੈ ਇਸ ਫੈਸਲੇ ਨਾਲ ਸੁਭਾਵਿਕ ਤੌਰ ਤੇ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਸਰਕਾਰੀ ਹੁਕਮਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਸੋ ਆਉਂਦੇ ਸਮੇਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਕਾਂਗਰਸ ਸਰਕਾਰ ਦੇ ਖਿਲਾਫ ਦਰਨੇ ਮੁਜ਼ਾਰੇ ਤੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਘਰਾਓ ਕਰਨ ਦੀ ਨੀਤੀ ਵੀ ਉਲੀਕੀ ਜਾ ਰਹੀ ਹੈ। ਸੋ ਐਸਐਸਏ ਆਦਰਸ਼ ਸਕੂਲ ਰਮਸਾ ਪੈਕਟਸ ਐਮੀਆਰੀ ਇਹ ਯੋਜਨਾਵਾਂ ਦੇ ਤਹਿਤ ਕੰਮ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਨੇ ਇਹ ਆਖਿਆ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਕੁਝ ਅਧਿਆਪਕਾਂ ਦਾ ਰੋਸ ਹੈ ਕਿ 5178 ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਸਾਲ 2014 ਦੌਰਾਨ ਠੇਕੇ ਤੇ ਭਰਤੀ ਕਰਕੇ 6000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਰਹੀ ਹੈ ਤੇ ਨਿਯਮਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਣਾ ਸੀ ਪਰ ਸਰਕਾਰ ਨੇ ਅਜੇ ਆ ਨਹੀਂ ਕੀਤਾ ਉਹਦੇ ਆਪਕ ਵੀ ਸੰਘਰਸ਼ ਕਰ ਰਹੇ ਨੇ 7 ਸਾਲ ਦੇ ਸਟੇ ਵਾਲੇ ਅਧਿਆਪਕਾਂ ਨੂੰ ਬਦਲ ਕੇ ਕਿਸੇ ਹੋਰ ਸਕੂਲਾਂ ਵਿੱਚ ਭੇਜਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਤ ਅਧਿਆਪਕ ਦਲ ਇਸ ਤਬਾਦਲਾ ਨੀਤੀ ਦਾ ਵਿਰੋਧ ਵਿੱਚ ਉਤਰ ਆਇਆ ਹੈ ਕਈ ਸਾਲਾਂ ਤੋਂ ਲੱਗੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 70% ਦੀ ਕਟੌਤੀ ਨੂੰ ਤਾਨਾਸ਼ਾ ਰਵਈਆ ਦੱਸ ਕੇ ਅਧਿਆਪਕ ਜਥੇਬੰਦੀਆਂ ਦੇ ਆਗੂ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਦੇ ਘਰਾਂ ਮੂਰੇ ਧਰਨੇ ਮਾਰ ਰਹੇ ਨੇ ਅਧਿਆਪਕ ਜਥੇਬੰਦੀਆਂ ਦਾ ਇਹ ਦੋਸ਼ ਹੈ ਕਿ 7 ਸਾਲਾਂ ਦੀ ਰੈਗੂਲਰ ਸੇਵਾ ਕਰਨ ਉਪਰੰਤ ਕੰਪਿਊਟਰ ਅਧਿਆਪਕਾਂ ਨੂੰ ਮੁੜ 3 ਸਾਲਾਂ ਲਈ 10300 ਰੁਪਏ ਤੇ ਕੰਮ ਕਰਨ ਤੇ ਰਮ ਸਾਦੀਨ 10 ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਵੀ ਹੁਣ 10300 ਰੁਪਈਆ ਪ੍ਰਤੀ ਮਹੀਨਾ ਤੇ ਲਿਆਉਣ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਖਿਲਾਫ ਪੂਰੇ ਪੰਜਾਬ ਦੇ ਅਧਿਆਪਕ ਇਕਜੁੱਟ ਨੇ ਤੇ ਇਹ ਅਧਿਆਪਕਾਂ ਨਾਲ ਕੋਝਾ ਇੱਕ ਮਜ਼ਾਕ ਹੈ ਜੋ ਉਹਨਾਂ ਦੇ ਭਵਿੱਖ ਨੂੰ ਤਬਾਈ ਵੱਲ ਲੈ ਕੇ ਜਾਣ ਵਾਲਾ ਫੈਸਲਾ ਦੱਸਦੇ ਨੇ ਅਧਿਆਪਕਾਂ ਨੇ ਆਖਿਆ ਕਿ ਸਰਕਾਰ ਮੁਲਾਜ਼ਮ ਵਰਗ ਨੂੰ ਕੋਈ ਰਾਹਤ ਦੇਣ ਦੀ ਬਜਾਏ ਉਹਨਾਂ ਦਾ ਗਲਾ ਕੁੱਟਣ ਵੱਲ ਫੈਸਲਾ ਲੈ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਨੂੰ ਆਰਥਿਕ ਪੱਖੋਂ ਮੁੜ ਪੈਰਾਂ ਤੇ ਖੜਾ ਕਰਕੇ ਇਸ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਉਹ ਵਚਨਬੱਧ ਨੇ ਤੇ ਜੇਕਰ ਸੂਬਾ ਸਰਕਾਰ ਵੱਲੋਂ ਖਰਚਿਆਂ ਵਿੱਚ ਕੀਤੀ ਗਈ ਕਟੌਤੀ ਤੇ ਸਾਧਨ ਜਟਾਉਣ ਲਈ ਚੁੱਕੇ ਗਏ ਕੁਝ ਹੋਰ ਕਦਮਾਂ ਦਾ ਨਤੀਜਾ ਸਦਕਾ ਹੀ ਇਸੇ ਸਾਲ ਦੌਰਾਨ ਪੰਜਾਬ ਸਰਕਾਰ ਦਾ ਘਾਟਾ 12000 ਕਰੋੜ ਤੋਂ ਕੱਟ ਕੇ 8000 ਕਰੋੜ ਤੇ ਲਿਆਂਦਾ ਹੈ ਸਰਬ ਸਿੱਖਿਆ ਅਭਿਆਨ ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ ਯੋਜਨਾ ਤਹਿਤ ਅਧਿਆਪਕ ਤੇ ਦਫ਼ਤਰੀ ਕੰਮੇ ਜੋ ਪਹਿਲਾਂ ਬੇਸਿਕ ਤਨਖਾਹ ਤੇ ਡੀਏ ਜੋੜ ਕੇ 40 ਤੋਂ 50 ਹਜ਼ਾਰ ਰੁਪਿਆ ਮਹੀਨਾ ਤਨਖਾਹ ਲੈ ਰਹੇ ਨੇ ਉਹਨਾਂ ਨੂੰ ਹੁਣ 10300 ਰੁਪਿਆ ਤਨਖਾਹ ਮਿਲੇਗੀ ਆਮ ਆਦਮੀ ਪਾਰਟੀ ਇਹ ਮਾਮਲਾ ਲੋਕ ਸਭਾ ਦੇ ਜਾਰੀ ਸੈਸ਼ਨ ਵਿੱਚ ਉਠਾਉਣ ਦੇ ਨਾਲ-ਨਾਲ ਸਪੀਕਰ ਸੁમિતਰਾ ਮਹਾਜਨ ਨਾਲ ਵੀ ਗੱਲਬਾਤ ਕਰ ਰਹੇ ਨੇ ਤਾਂ ਜੋ ਇਹਨਾਂ ਅਧਿਆਪਕਾਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਸਕੇ ਸਮੂਹ ਜਥੇਬੰਦੀਆਂ ਇਸੇ ਮਹੀਨੇ ਵਿੱਚ ਪੰਜਾਬ ਭਰ ਵਿੱਚ ਲੁਧਿਆਣਾ ਵਿਖੇ ਸਭਾਈ ਪੱਦਰ ਤੇ ਰੈਲੀ ਕਰਨ ਦੀ ਤਜਵੀਜ਼ ਉਲਿੱਕੀ ਜਾ ਰਹੀ ਹੈ ਇਥੇ ਵੀ ਗੱਲ ਜ਼ਿਕਰਯੋਗ ਹੈ ਕਿ ਨੀਤੀ ਅਧਿయోగ ਦੇ ਮੈਂਬਰ ਡਾਕਟਰ ਜੀਵ ਕੁਮਾਰ ਨੇ ਚੰਡੀਗੜ੍ਹ ਦੇ ਵਿੱਚ ਸਪਸ਼ਟ ਕਿਹਾ ਸੀ ਕਿ ਕੇਂਦਰ ਤੋਂ ਫੰਡ ਮੰਗਣੇ ਬੰਦ ਕਰੋ ਸੋ ਹੁਣ ਪੰਜਾਬ ਦੇ ਵਿੱਚ ਸਰਫਾਕਾਰੀ ਸ਼ੁਰੂ ਹੋਈ ਹੈ ਜਿਵੇਂ ਦਿਹਾਤੀ ਸਕੂਲ ਬੰਦ ਕਰਨੇ ਅਧਿਆਪਕ ਦੀ ਤਨਖਾਹ ਘਟ ਕਰਨੀ ਸ਼ੁਭਧਾ ਕੇਂਦਰ ਬੰਦ ਕਰਨੇ ਇਸ ਤਰ੍ਹਾਂ ਦੇ ਫੈਸਲੇ ਅਸੀਂ ਸੁਣ ਰਹੇ ਹਾਂ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਅਨੁਸਾਰ ਸਾਰੀ ਕਾਰਵਾਈ ਪੰਜਾਬ ਸਰਕਾਰ ਦੇ ਨਿਯਮਾਂ ਤੇ ਹਦਾਇਤਾਂ ਅਨੁਸਾਰ ਹੋ ਰਹੀ ਹੈ ਤੇ ਸਿੱਖਿਆ ਮੁਲਾਜ਼ਮਾਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ ਕਿ ਉਹ ਠੇਕਾ ਪ੍ਰਣਾਲੀ ਅਧੀਨ ਪੂਰੀਆਂ ਤਨਖਾਹਾਂ ਤੇ ਕੰਮ ਕਰ ਲੈਣ ਜਾਂ ਸਰਕਾਰ ਦੀ ਨਵੀਂ ਨੀਤੀ ਅਨੁਸਾਰ ਨੌਕਰੀ ਕਰ ਲੈਣ ਮੁਲਾਜ਼ਮਾਂ ਨੇ ਇਹ ਤੈਅ ਕਰਨਾ ਹੈ ਕਿ ਠੇਕਾ ਦੀ ਇਨਕਮ ਕਰਨਾ ਹੈ ਜਾਂ ਰੈਗੂਲਰ ਕੰਮ ਕਰਨਾ ਹੈ ਸਰਕਾਰੀ ਨਿਯਮਾਂ ਬਾਰੇ ਸਿੱਖਿਆ ਵਿਭਾਗ ਦੇ ਸਕੱਤਰ ਕਰੀਸ਼ਨ ਕੁਮਾਰ ਇਹ ਵੀ ਕਹਿੰਦੇ ਹੈ ਕਿ ਜੇਕਰ ਕਿਸੇ ਕੱਚੇ ਮੁਲਾਜ਼ਮ ਨੂੰ ਸਰਕਾਰੀ ਵਿਭਾਗ ਦੇ ਵਿੱਚ ਪੱਕਾ ਕੀਤਾ ਜਾਂਦਾ ਹੈ ਤੇ ਉਸ ਦੀ ਨਿਯੁਕਤੀ ਨਵੇਂ ਸ੍ਰੀਓ ਮੰਨੀ ਜਾਏਗੀ ਇਸ ਲਈ ਹਜ ਨਾਲ ਸਰਕਾਰੀ ਮੁਲਾਜ਼ਮ ਨੂੰ 3 ਸਾਲ ਤੱਕ 10000 ਰੁਪਿਆ ਪ੍ਰਤੀ ਮਹੀਨਾ ਤੇ ਕੰਮ ਕਰਨਾ ਪਏਗਾ ਇਹ ਨਿਯਮ ਸਰਕਾਰ ਨੇ ਬਣਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਿਰਫ ਇਸ ਨੂੰ ਲਾਗੂ ਕਰਨਾ ਤੇ ਮੁਲਾਜ਼ਮ ਜੱਥੇਬੰਦੀਆਂ ਸੱਚ ਨੂੰ ਛੁਪਾ ਕੇ ਮੀਡੀਆ ਤੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਜਦਕਿ ਅਧਿਆਪਕ ਆਗੂਆਂ ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਪਾਸ ਕੀਤੇ ਐਕਟ ਨੂੰ ਲਾਗੂ ਕਰਨ ਦੀ ਬਜਾਏ ਹੁਣ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਰਹੀ ਹੈ ਉਹਨਾਂ ਦਾ ਵੀ ਤਰਕ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ 27000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਅਖੀਰਲੇ ਸਮੇਂ ਬਣਾਏ ਇੱਕ ਐਕਟ ਦੇ ਵਿੱਚ ਬਕਾਇਦਾ ਦਰਜ ਹੈ ਕਿ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵੇਲੇ ਉਹਨਾਂ ਦੀਆਂ ਤਨਖਾਹਾਂ ਘਟ ਨਹੀਂ ਕੀਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ ਮੌਜੂਦਾ ਤਨਖਾਹਾਂ ਬਰਕਰਾਰ ਰੱਖੀਆਂ ਜਾਣਗੀਆਂ ਕਈ ਠੇਕਾ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਮਕਾਨ ਆਦਿ ਬਣਾ ਕੇ ਸਰਕਾਰ ਜੋ ਹੁਣ ਤਨਖਾਹ ਨਿਰਧਾਰਤ ਕਰਨ ਦੀ ਤਾਕ ਵਿੱਚ ਹੈ ਇਸ ਨਾਲ ਮੁਲਾਜ਼ਮਾਂ ਵੱਲੋਂ ਲੈ ਕੇ ਮਕਾਨ ਜਾਂ ਹੋਰ ਕੰਮ ਲਈ ਕਰਜ਼ੇ ਦੀਆਂ ਕਿਸ਼ਤਾਂ ਤਾਰਨੀਆਂ ਔਖੀਆਂ ਹੋ ਜਾਣਗੀਆਂ ਮੈਂ ਸਰਵ ਸਿੱਖਿਆ ਬਿਆਨ ਤਹਿਤ ਪਿਛਲੇ 7 ਸਾਲਾਂ ਤੋਂ ਕੰਮ ਕਰ ਰਹੇ ਹਾਂ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਕਰੀਬ 2004 ਤੋਂ ਭਰਤੀ ਹੋਈ ਹੈ ਜਿਦੇ ਵਿੱਚ ਦਫ਼ਤਰੀ ਕਰਮਚਾਰੀ ਵੀ ਰੱਖੇ ਗਏ ਆ ਤੇ 2007 ਤੋਂ ਬਹੁਤੀ ਭਰਤੀ ਜਿਹੜੀ ਆ ਉਹ ਟੀਚਰਾਂ ਦੀ ਕੀਤੀ ਗਈ ਹੈ ਆਖਰੀ ਭਰਤੀ 2011 ਦੇ ਵਿੱਚ ਹੋਈ ਸੀਗੀ ਜਿਦੇ ਤਹਿਤ ਸਾਡੇ ਕੋਲ ਸਾਡੇ ਇਸ ਵਿਭਾਗ ਦੇ ਵਿੱਚ ਲਗਭਗ 15-16000 ਟੀਚਰ ਪਲੱਸ 10 ਦਫ਼ਤਰੀ ਕਰਮਚਾਰੀ ਕੰਮ ਕਰ ਰਹੇ ਆ ਔਰ ਸਾਰੇ ਹੀ ਜਿਹੜੇ ਮੁਲਾਜ਼ਮ ਸੀਗੇ ਉਹ ਇੱਕ ਵਾਰ ਠੇਕੇ ਦੇ ਆਧਾਰ ਤੇ ਰੱਖੇ ਗਏ ਸੀਗੇ ਪਰ ਪਿਛਲੀ ਗਵਰਨਮੈਂਟ ਵੱਲੇ ਸਾਡੇ ਸਾਰੇ ਟੀਚਰਾਂ ਨੇ ਜਿੰਨੇ ਵੀ ਟੀਚਰ ਸੀਗੇ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰਕੇ ਆਪ ਦਾ ਰੋਸ ਮਜਾਰਾ ਕਰਕੇ ਆਪਣੀਆਂ ਹੱਕੀ ਮੰਗਾਂ ਵਾਸਤੇ ਸਕੇਲ ਲਾਗੂ ਕਰਵਾਈ ਸੀਗੇ ਲੇਕਿਨ ਉਸ ਸਕੇਲ ਸਾਡੀ ਜਿਹੜੀ ਆ ਘੱਟੋ ਘੱਟ ਤਨਖਾਹ ਜਿਹੜੀ ਆ ਉਸ ਨੂੰ ਫਿਕਸ ਕਰਦੇ ਸੀਗੇ ਫਿਰ ਵੀ ਸਾਨੂੰ ਰੈਗੂਲਰ ਦੇ ਬਰਾਬਰ ਜਿਹੜੀ ਤਨਖਾਹ ਨਹੀਂ ਦਿੱਤੀ ਗਈ ਸੀ ਪਰ ਉਸ ਤਨਖਾਹ ਦੇ ਆਧਾਰ ਤੇ ਸਾਨੂੰ ਇੱਕ ਵਾਰ ਆਪ ਦੇ ਗੁਜ਼ਾਰੇ ਜੋਗ ਰਾ ਜਿਹੜਾ ਉਹ ਸਾਡਾ ਪੱਤਾ ਜਾਂ ਸਾਨੂੰ ਤਨਖਾਹ ਮਿਲਣ ਲੱਗ ਪਈ ਸੀ ਪਰ ਇਸ ਸਰਕਾਰ ਵੇਲੇ ਇੱਕ ਨਵੀਂ ਪਾਲਿਸੀ ਜਿਹੜੀ ਆ ਉਹ ਘੜੀ ਗਈ ਆ ਸਾਨੂੰ ਰੈਗੂਲਰ ਤਹਿਤ ਕਰਨ ਵਾਸਤੇ ਇਰੈਗੂਲਰ ਦੇ ਨਾਂ ਤੇ ਇੱਕ ਸ਼ੋਸ਼ਣ ਕੀਤਾ ਜਾ ਰਿਹਾ ਸਰਕਾਰ ਵੱਲੋਂ ਜਿਹਦੇ ਤਹਿਤ ਇਹ ਇੱਕ ਨਵੀਂ ਪਾਲਿਸੀ ਲਿਆਂਦੀ ਗਈ ਹੈ ਕਿ ਟੀਚਰਾਂ ਨੂੰ ਨਵੀਂ ਅ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਕੇ ਇੱਕ ਨਵੀਂ ਪੇ ਸਕੇਲ ਤੋਂ ਸ਼ੁਰੂ ਕਰਨਾ ਜਿਹਦੇ ਵਿੱਚ ਪੇ ਸਕੇਲ ਕੁਝ ਵੀ ਨਹੀਂ ਆ ਸਿਰਫ ਇੱਕ ਬੇਸਿਕ ਪੇ ਜਿਹੜੀ 10 300 ਜਿਹੜੀ ਦਿੱਤੀ ਜਾ ਰਹੀ ਹੈ ਇਹ ਬਿਲਕੁਲ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਸਰਕਾਰ ਪਿਛਲੀ ਸਰਕਾਰ ਵੱਲੇ ਇੱਕ ਵਿੱਤੀ ਸੰਕਟ ਨੂੰ ਮੂਰੇ ਰੱਖ ਕੇ ਇੱਕ 15 115 ਨੂੰ ਲੈਟਰ ਜਾਰੀ ਕੀਤੀ ਗਈ ਸੀ ਜਿਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਦੋਂ ਵੀ ਨਵੀਂ ਭਰਤੀ ਕੀਤੀ ਜਾਊਗੀ ਉਹਦੇ ਵਿੱਚ ਪਹਿਲਾਂ 2 ਸਾਲ ਤੱਕ ਮੁਲਾਜ਼ਮ ਨੂੰ ਬੇਸਿਕ ਪੇ ਦੇਤੇ ਕੰਮ ਕਰਨਾ ਪਊਗਾ ਫਿਰ ਉਸੇ ਲੈਟਰ ਨੂੰ ਥੋੜੇ ਚਿਰ ਬਾਅਦ ਰਿਵਾਈਜ਼ ਕਰਕੇ ਇਹ ਦਾੜਾ ਸਮਾਂ ਉਹ 3 ਸਾਲ ਦਾ ਕਰ ਦਿੱਤਾ ਗਿਆ ਸੀ ਇਹ ਹਰ ਇੱਕ ਵਿਭਾਗ ਦੇ ਵਿੱਚ ਸ਼ੁਰੂ ਤੋਂ ਹੀ ਪਰਖ ਕਾਲ ਦਾ ਸਮਾਂ ਤੈਅ ਕੀਤਾ ਜਾਂਦਾ ਸੀ ਪਰ ਪਿਛਲੀ ਸਰਕਾਰ ਨੇ ਇਹ ਪਰਖ ਕਾਲ ਦੇ ਸਮੇਂ ਦੇ ਵਿੱਚ ਅਮੈਂਡਮੈਂਟ ਕਰਕੇ ਇਦੇ ਵਿੱਚ ਇਹ ਬਣਾਇਆ ਗਿਆ ਕਿ ਪਰਖ ਖਾਲ ਦੇ ਸਮੇਂ ਦੇ ਦੌਰਾਨ ਸਿਰਫ ਬੇਸਿਕ ਪੇ ਦਿੱਤੀ ਜਾਊਗੀ ਜਦ ਕਿ ਪਹਿਲਾਂ ਇਹ ਹੁੰਦਾ ਸੀ ਕਿ ਪੇ ਪ੍ਰਾਪਰ ਦਿੱਤੀ ਜਾਂਦੀ ਸੀ ਲੇਕਿਨ ਉਹਦੀਆਂ ਇਨਕਰੀਮੈਂਟਸ ਜਿਹੜੀਆਂ ਉਹ ਰੋਕੀਆਂ ਜਾਂਦੀਆਂ ਸੀ 2 ਸਾਲ ਤੱਕ ਉਹਨੂੰ ਉਹਦੇ ਪਰਖ ਵੇਖਣ ਵਾਸਤੇ ਲੇਕਿਨ ਇੱਥੇ ਕੀ ਹੋ ਰਿਹਾ ਹੈ ਕਿ ਉਸ ਜਿਹੜੀ ਲੈਟਰ ਸੀਗੀ ਸਰਕਾਰ ਨੇ ਉਸ ਨੂੰ ਅਟੈਚ ਕਰ ਦਿੱਤਾ ਗਿਆ ਰੈਗੂਲਰ ਦੇ ਨਾਮ ਤੇ ਸਾਡੀ ਜਿਹੜੀ ਭਰਤੀ ਹੋਈ ਆ ਉਹ 2004 ਤੋਂ ਹੋਈ ਆ ਫਿਰ 2007 'ਚ ਹੋਈ ਆ 2011 ਦੇ ਵਿੱਚ ਹੋਈ ਆ ਲੇਕਿਨ ਸਾਨੂੰ ਕੀ ਕੀਤਾ ਜਾ ਰਿਹਾ ਕਿ ਉਸੇ ਨਵੀਂ ਭਰਤੀ ਜਿਹੜੀ ਆ ਉਹਦੇ ਉਸ ਲੈਟਰ ਦੇ ਨਾਲ ਜੋੜਿਆ ਜਾ ਰਿਹਾ ਉਹ ਇੱਕ ਨਵੀਂ ਭਰਤੀ ਦੇ ਵਾਲੀ ਲੈਟਰ ਸੀਗੀ ਇੱਕ 15 ਇੱਕ 15 ਵਾਲੀ ਸਾਡੀ ਜਿਹੜੀ ਭਰਤੀ ਆ ਉਹ ਲਗਾਤਾਰ ਹੋ ਰਹੀ ਐ ਸਾਨੂੰ 7 ਸਾਲ ਤੋਂ 10 ਸਾਲ ਤੋਂ 15 ਸਾਲ ਤੋਂ ਕੰਮ ਕਰਦੇ ਆ ਉਹਨੂੰ ਸਾਡੇ ਪਰਖ ਹਜੇ ਤੱਕ ਪਰਖ ਹੀ ਰਹੀਆਂ ਇਹ ਸਰਕਾਰ ਸਾਨੂੰ ਪਰਖ ਹੀ ਨਹੀਂ ਪਾਈ ਹਜੇ ਤੱਕ ਸਾਡੇ ਦੇ ਉੱਤੇ ਫਿਰ ਦੁਬਾਰਾ ਸਾਡੀ ਜਿਹੜੀ ਆ 3 ਸਾਲ ਦੀ ਪਰਖ ਦੀ ਸ਼ਰਤ ਜਿਹੜੀ ਉਹ ਲਾ ਰਹੀ ਆ ਜਿਹੜੀ ਕਿ ਬਿਲਕੁਲ ਗਲਤ ਹੈਗੀ ਆ ਕਿਉਂਕਿ ਹੁਣ ਜੋ ਵੀ ਟੀਚਰ ਹੈਗੇ ਸਾਡੇ ਲਗਭਗ 42-43000 ਰੁਪਏ ਤਨਖਾਹ ਲੈ ਰਹੇ ਆ ਦਫ਼ਤਰੀ ਕਰਮਚਾਰੀ ਸਾਡੇ 30000 32000 ਤਨਖਾਹ ਲੈ ਰਹੇ ਆ ਇਸ ਤਨਖਾਹ ਦੇ ਨਾਲ ਅਸੀਂ ਆਪਦੇ ਗੁਜ਼ਾਰੇ ਉਸ ਹਿਸਾਬ ਨਾਲ ਸੈੱਟ ਕੀਤੇ ਹੋਏ ਆ ਆਪਦੀਆਂ ਜ਼ਰੂਰਤਾਂ ਜਿਹੜੀਆਂ ਉਸ ਹਿਸਾਬ ਨਾਲ ਸਾਡੀਆਂ ਬੜੀ ਮੁਸ਼ਕਲ ਨਾਲ ਜੀਆਂ ਚੱਲਣੀਆਂ ਸ਼ੁਰੂ ਹੋਈਆਂ ਸੀਗੀਆਂ ਉਸ ਹਿਸਾਬ ਨਾਲ ਹੀ ਅਸੀਂ ਆਪਣੇ ਘਰਾਂ ਨੂੰ ਬਣਾਉਣ ਵਾਸਤੇ ਆਪਣੇ ਬਜ਼ੁਰਗ ਮਾਪੇ ਦੇ ਜੋ ਵੀ ਬਿਮਾਰੀ ਦੇ ਖਰਚੇ ਵਾਸਤੇ ਜਾਂ ਬੱਚਿਆਂ ਦੀਆਂ ਪੜਾਈਆਂ ਵਾਸਤੇ ਅਸੀਂ ਆਪਦੇ ਲੋਨ ਵੀ ਲਈ ਸੀਗੇ ਜਿਨੀਆਂ ਜਿਹੜੀਆਂ ਲਗਭਗ ਜਿਹੜੀਆਂ ਸਾਡੀਆਂ ਕਿਸ਼ਤਾਂ ਜਿਹੜੀਆਂ ਉਹ 10000 12000 ਤੱਕ ਜਿਹੜੀਆਂ ਪਰ ਮਹੀਨੇ ਦੇ حساب ਨਾਲ ਆ ਰਹੀਆਂ ਪਰ ਹੁਣ ਇਹ ਸਰਕਾਰ ਸਾਨੂੰ 10300 ਤੇ ਕਰਕੇ ਸਾਡੇ ਨਾਲ ਇੱਕ ਕੋਝਾ ਮਜ਼ਾਕ ਕਰਨ ਜਾ ਰਹੀ ਹੈ ਜਿਹਦੇ ਵਿੱਚ ਕੀ ਆ ਸਾਡੀਆਂ ਖੁਦਕੁਸ਼ੀ ਵਾਲਾ ਸਿਸਟਮ ਹੀ ਬਣ ਰਿਹਾ ਕਿਉਂਕਿ ਇੱਕ ਬੰਦਾ ਜਿਹਦੀ ਜਿਹਦੀ ਕਿਸ਼ਤ ਜਿਹੜੀ ਆ ਬੈਂਕ ਦੀ 10 12000 ਆ ਰਹੀ ਆ ਉਹਦੇ ਮਾਪੇ ਦਾ ਖਰਚਾ ਹੈ ਗਿਆ ਔਰ ਇਹ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹੈ ਗਿਆ ਉਹ ਕਿਸ ਤਰੀਕੇ ਨਾਲ 10300 ਦੇ ਵਿੱਚ ਗੁਜ਼ਾਰਾ ਕਰ ਸਕਦਾ ਹੈ ਕਿਉਂਕਿ ਜਿੰਨੇ ਵੀ ਅਸੀਂ ਸਾਡੇ ਮੁਲਾਜ਼ਮ ਹੈਗੇ ਆ ਉਹ ਪਿਛਲੇ 10 ਸਾਲ ਤੋਂ 15 ਸਾਲ ਤੋਂ ਕੰਮ ਕਰ ਰਹੇ ਆ ਸਾਡੀਆਂ ਉਮਰਾਂ ਜਿਹੜੀਆਂ ਲਗਭਗ ਸਾਡੀਆਂ ਓਵਰਏਜ ਹੋ ਚੁੱਕੀਆਂ ਸੀ ਕਿਸੇ ਹੋਰ ਪਾਸੇ ਜੋਬ ਨਹੀਂ ਕਰ ਸਕਦੇ ਔਰ 10 10 15 15 ਸਾਲ ਤੋਂ ਇੱਕੇ ਮਹਿਕਮੇ ਦੇ ਵਿੱਚ ਆਪਦੀ ਜਿਹੜੀ ਹੈ ਸਾਰੀ ਜਿਹੜੀ ਅਸੀਂ ਕਮਾਈ ਜਿਹੜੀ ਆ ਇਹਦੇ ਚਲਾਜਦੀ ਆਪਦੀ ਜ਼ਿੰਦਗੀ ਦੇ ਚਲਾਜਦੀ ਗਈ ਆ ਹੁਣ ਸਾਨੂੰ 10300 ਦੇ ਵਾਪਸ ਲਿਆ ਕੇ ਇੱਕ ਸਾਡਾ ਮਜ਼ਾਕ ਕੀਤਾ ਜਾ ਰਿਹਾ ਜਿਹੜਾ ਬਿਲਕੁਲ ਬਰਦਾਸ਼ਟ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਕਿਸੇ ਵੀ ਹਾਲਤ ਦੇ ਵਿੱਚ ਸਾਨੂੰ 2005 ਦੇ ਵਿੱਚ ਇੱਕ ਪਿਕਟ ਸੋਸਾਇਟੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਜਿਹੜੀ ਪੰਜਾਬ ਅਧੀਨ ਜਿਹੜੀ ਹੈ ਇੱਕ ਸੁਸਾਇਟੀ ਸੀ ਉਸ ਦੇ ਅਧੀਨ ਸਾਨੂੰ ਸਾਡੀਆਂ ਸਭਾਵਾਂ ਜਿਹੜੀਆਂ ਹੈਆਂ ਉਹ ਸ਼ੁਰੂ ਕੀਤੀਆਂ ਗਈਆਂ ਸੀ ਉਸ ਟਾਈਮ ਤੇ ਸਾਨੂੰ ਠਿੱਕ ਦੇ ਆਧਾਰਿਤ ਰੱਖਿਆ ਗਿਆ ਸੀਗਾ ਉਸ ਤੋਂ ਬਾਅਦ ਸਾਡੇ ਜਥੇਬੰਦੀ ਨੇ ਸਮੇਂ-ਸਮੇਂ ਤੇ ਸਰਕਾਰ ਦੇ ਵਿਰੁੱਧ ਆਪਣਾ ਸੰਘਰਸ਼ ਛੇੜ ਕੇ 2011 ਦੇ ਵਿੱਚ ਸ੍ਰੀ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਸਾਨੂੰ ਜਿਹੜੀਆਂ ਸਾਡੀਆਂ ਸਭਾਵਾਂ ਸੀ ਉਹ ਰੈਗੂਲਰ ਕਰ ਦਿੱਤੀਆਂ ਗਈਆਂ ਸੀ ਔਰ ਸਾਡੇ ਨੋਟੀਫਿਕੇਸ਼ਨ ਦੇ ਵਿੱਚ ਬਕਾਇਦਾ ਇਹ ਗੱਲ ਦਰਜ ਸੀ ਕਿ ਜਿਹੜੇ ਵੀ ਮੁਲਾਜ਼ਮ ਅੱਜ ਰੈਗੂਲਰ ਕਰ ਰਹੇ ਆਂ ਅਸੀਂ ਉਹਨਾਂ ਦੇ ਉੱਤੇ ਪੰਜਾਬ ਸਿਵਲ ਸੇਵਾਵਾਂ માં ਜਿਹੜੀਆਂ ਹੈਗੀਆਂ ਉਹ ਸਾਰੇ ਸਰਵਿਸ ਰੂਲ ਜਿਹੜੇ ਹੈਗੇ ਉਹ ਲਾਗੂ ਹੋਣਗੇ ਸ਼ੁਰੂ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਮਿਲਣਾ ਸ਼ੁਰੂ ਹੋਇਆ ਲੇਕਿਨ ਜਿਵੇਂ ਜਿਵੇਂ ਸਮਾਂ ਟੱਪਦਾ ਗਿਆ ਤਾਂ ਹੌਲੀ ਹੌਲੀ ਕਰਕੇ ਜਿਹੜਾ ਹੈ ਵਿਭਾਗ ਦੇ ਵੱਲੋਂ ਉਹ ਲੈਟਰਸ ਜਿਹੜੀਆਂ ਜਾਰੀ ਹੁੰਦੀਆਂ ਗਈਆਂ ਉਹਨਾਂ ਲੈਟਰਸ ਦੇ ਅਕੋਰਡਿੰਗ ਕੀ ਹੋਇਆ ਕਿ ਸਾਡੇ ਤੋਂ ਮੈਡੀਕਲ ਰਿਇਮਬਰਸਮੈਂਟ ਜਿਹੜਾ ਹੈਗਾ ਉਹ ਖੋਲਿਆ ਗਿਆ ਸਾਡੇ ਤੋਂ ਏਸੀਪੀ ਜਿਹੜਾ ਹੈਗਾ ਉਹ ਨਹੀਂ ਲਗਾਇਆ ਗਿਆ ਸਮੇਂ-ਸਮੇਂ ਤੇ ਜਿਹੜੇ ਰੈਗੂਲਰ ਅ ਬਾਕੀ ਦੇ ਜਿਹੜੇ ਹੈਗੇ ਆ ਕਰਮਚਾਰੀ ਐ ਜੋ ਉਹਨਾਂ ਨੂੰ ਮਿਲ ਰਹੀਆਂ ਜੜੀਆਂ ਸੁਆਵਾਂ ਸੀਆਂ ਉਹਨਾਂ ਦੇ ਵਿੱਚੋਂ ਹੌਲੀ-ਹੌਲੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਇਸ ਦੇ ਨਾਲ ਹੀ ਸਾਡੇ ਜਥੇਬੰਦੀ ਵੱਲੋਂ ਜਿਹੜਾ ਹੈਗਾ ਹਾਈ ਕੋਰਟ ਦੇ ਵਿੱਚ ਜਿਹੜਾ ਹੈਗੇ ਆ ਇਸ ਦੇ ਸਬੰਧ ਦੇ ਵਿੱਚ ਕੇਸ ਵੀ ਲਗਾਏ ਗਏ ਉਹਨਾ ਕੇਸ ਦੇ ਬਦੌਲਤ ਹੀ ਜਿਹੜਾ ਹੈਗਾ ਸਰਕਾਰ ਨੇ ਦੁਬਾਰਾ ਫਿਰ ਲੈਟਰ ਜਾਰੀ ਕੀਤੀਆਂ ਪਹਿਲਾਂ ਸਾਡੀਆਂ ਮੈਡੀਕਲ ਜਿਹੜੀਆਂ ਸ਼ੂਟਿੰਗਾਂ ਸੀਗੀਆਂ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਸੀ ਸਾਨੂੰ 13 ਸਾਲ ਹੋ ਗਿਆ ਹੈ ਬਕਾਇਦਾ ਇਸੇ ਵਿਭਾਗ ਦੇ ਵਿੱਚ ਕੰਮ ਕਰਦਿਆਂ ਨੂੰ 6 ਸਾਲ ਪਹਿਲਾਂ ਅਸੀਂ ਇੱਕ ਕੰਟਰੈਕਟ ਤੇ ਠੇਕੇ ਤੇ ਕੰਮ ਕੀਤਾ ਹੈਗਾ ਉਸ ਤੋਂ ਬਾਅਦ ਅਸੀਂ 11 ਤੋਂ ਲੈ ਕੇ ਸਨਗੀਆਂ ਸਵਾਮਾ ਸਿਓ ਰੈਗੂਲਰ ਕਰ ਦਿੱਤੀਆਂ ਗਈਆਂ ਉਹਦੇ ਵਿੱਚ ਸਾਡੇ ਬਕਾਇਦਾ ਸਾਰੇ ਜਿਹੜੇ ਹੈਗੇ ਆ ਨੋਟੀਫਿਕੇਸ਼ਨ ਜਾਰੀ ਹੋਏ ਆ ਉਸ ਦੇ ਬਾਵਜੂਦ ਉਸ ਤੋਂ ਬਾਅਦ ਅਸੀਂ ਜੜੀਆਂ ਗੀਆਂ ਸੱਤ ਇਨਕਰੀਮੈਂਟ ਜੜੀਆਂ ਗੀਆਂ ਸਾਡੀਆਂ ਉਹ ਅਸੀਂ ਲੈ ਚੁੱਕੇ ਆ ਸਾਡੇ ਜੋ ਜੋ ਵੀ ਬੰਦੇ ਬਕਾਇਏ ਪੱਤਿਆਂ ਸਮੇਤ ਅਸੀਂ ਜੜੀਆਂ ਇਹ ਤਨਖਾਹ ਲੈ ਚੁੱਕੇ ਆ ਪਰ ਹੁਣ ਜਿਹੜੀ ਹੈਗੀ ਐ ਸਾਨੂੰ ਵੀ ਸਰਕਾਰ ਨੇ ਮਤਲਬ ਕਿ ਬੁਲਾ ਕੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਬੁਲਾਇਆ ਸੀ ਸਾਡੇ ਜਥੇਬੰਦੀ ਨੇ ਉਹਨਾਂ ਨੇ ਇਹੀ ਗੱਲ ਕੀਤੀ ਸੀ ਕਿ ਅਸੀਂ ਤੁਹਾਨੂੰ ਵੀ ਜਿਹੜਾ ਹੈਗਾ 10 ਦਿਨਾਂ ਤੋਂ ਉੱਤੇ ਲੈ ਕੇ ਆ ਰਹੇ ਹਾਂ ਵਿਭਾਗ ਦੇ ਵਿੱਚ ਲੈ ਕੇ ਆ ਰਹੇ ਹਾਂ ਇਹ ਪਹਿਲੀ ਵਾਰੀ ਹੋ ਰਿਹਾ ਹੈ ਇਤਿਹਾਸ ਦੇ ਵਿੱਚ ਕਿ ਕੋਈ ਮੁਲਾਜ਼ਮ ਪਹਿਲਾਂ ਆਪਣਾ ਠੇਕੇ ਤੇ ਕੰਮ ਕਰਨ ਤੋਂ ਬਾਅਦ ਰੈਗੂਲਰ ਹੁੰਦਾ ਹੈ ਪ੍ਰੋਬੇਸ਼ਨ ਪੀਰੀਡ ਆਪਦਾ ਪੂਰਾ ਕਰਦਾ ਉਸ ਤੋਂ ਬਾਅਦ ਫਿਰ ਸਰਕਾਰ ਉਹਨਾਂ ਨੂੰ ਕਹਿੰਦੀ ਹੈ ਕਿ ਤੁਹਾਨੂੰ ਦੁਬਾਰਾ ਫਿਰ ਰੈਗੂਲਰ ਕੀਤਾ ਜਾਏਗਾ ਔਰ ਤੁਹਾਨੂੰ 10300 ਜਿਹੜੀ ਹੈਗੀ ਤਨਖਾਹ ਦਿੱਤੀ ਜਾਏਗੀ ਜੇਕਰ ਹੁਣ ਦੇਖਿਆ ਜਾਏ ਤਾਂ ਜਿੰਨੀਆਂ ਹੁਣ ਤੱਕ ਦੀਆਂ ਤਨਖਾਹਾਂ ਮਿਲ ਰਹੀਆਂ ਸਾਨੂੰ ਉਸ ਦੇ ਅਕੋਰਡਿੰਗ ਹੀ ਸਾਰਿਆਂ ਨੇ ਆਪਦੀਆਂ ਆਪਦੀਆਂ ਜਿਹੜੀਆਂ ਹੈਗੀਆਂ ਲਾਈਫ ਹੈ ਉਸ ਨੂੰ ਸੈੱਟ ਕੀਤਾ ਹੋਇਆ ਹੈ ਕਿਸੇ ਨੇ ਆਪਣਾ ਘਰ ਬਣਾ ਲਿਆ ਕੋਈ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਪੜਾ ਰਿਹਾ ਹੈਗਾ ਜੋ ਘਰ ਦੇ ਖਰਚੇ ਹੈਗੇ ਉਹ ਸਾਰੇ ਉਵੇਂ ਚੱਲ ਰਹੇ ਐ ਜੇਕਰ ਇਹ ਸਰਕਾਰ 10300 ਵਾਲਾ ਜਿਹੜਾ ਹੈਗਾ ਨੋਟੀਫਿਕੇਸ਼ਨ ਜਿਹੜਾ ਹੈਗਾ ਜਾਰੀ ਕਰਦੀ ਹੈ ਜਾਂ ਸਰਕਾਰੀ ਮਿਲਾਜਾਂ ਦੇ ਉੱਪਰ ਇਸ ਚੀਜ਼ ਨੂੰ ਜ਼ਬਰਦਸਤੀ ਠੋਸਦੀ ਹੈ ਤਾਂ ਉਸ ਦਾ ਇੱਕ ਬਹੁਤ ਹੀ ਭਿਆਨਕ ਸਿੱਟਾ ਜਿਹੜਾ ਹੈਗਾ ਉਹ ਨਿਕਲ ਸਕਦਾ ਹੈ ਉਸ ਦਾ ਮਾਨਸਿਕ ਰੂਪ ਦੇ ਵਿੱਚ ਜਿਹੜਾ ਹੈਗਾ ਅਧਿਆਪਕ ਵਰਗ ਦੇ ਵਿੱਚ ਉਹ ਬਹੁਤ ਹੀ ਜਿਹੜਾ ਹੈਗਾ ਖਤਰਨਾਕ ਨਤੀਜਾ ਸਾਹਮਣੇ ਆ ਸਕਦਾ ਹੈ ਉਹਦਾ ਕਾਰਨ ਕੀ ਹੈ ਕਿਉਂਕਿ 10300 ਜਿਹੜਾ ਕਿ ਸਾਨੂੰ ਇਸ ਚੀ ਦੀ ਸਮਝ ਨਹੀਂ ਆ ਰਹੀ ਕਿ ਅੱਜ ਤੋਂ 24 ਮਹੀਨੇ ਬਾਅਦ ਮਤਲਬ ਕਿ 3 ਸਾਲ ਬਾਅਦ ਫੇਰ ਜਿਹੜਾ ਹੈਗਾ ਸਰਕਾਰ ਨੇ ਕੀ ਕਰਨਾ ਕਿ ਜਿਹੜਾ 10300 ਅੱਜ ਦਾ ਸਕੇਲ ਹੈ ਕਿ ਜਿਹੜਾ ਮਾਰਕੀਟ ਦਾ ਜਿਹੜਾ ਰੇਟ ਹੈ ਕਿ ਉਹ 3 ਸਾਲ ਤੱਕ ਉਹੀ ਰਹੇਗਾ ਇਹ ਕਦੇ ਨਹੀਂ ਹੋ ਸਕਦਾ ਦਿਨ-ਬਦਨ ਮਹਿੰਗਾਈ ਵਧ ਰਹੀ ਹੈ 10300 ਅੱਜ ਸਾਨੂੰ ਦੇ ਰਹੇ ਹੈ ਲੇਕਿਨ ਅਜੇ ਤੋ 3 ਸਾਲ ਬਾਅਦ ਤੱਕ ਵੀ 10300 ਹੀ ਰਹਿਣਾ ਉਸ ਦੇ ਅਕੋਰਡਿੰਗ ਕੋਈ ਵੀ ਜਿਹੜੀ ਫੈਮਿਲੀ ਹੈ 10000 ਲੈ ਕੇ ਕਦੇ ਵੀ ਸਰਵਾਈਵ ਨਹੀਂ ਕਰ ਸਕਦੀ ਇਸ ਦੇ ਨਾਲ ਕੀ ਹੈ ਕਿ ਅਧਿਆਪਕ ਵਰਗ ਜਿਹੜਾ ਹੈਗਾ ਉਹ ਇੱਕ ਬਹੁਤ ਹੀ ਬੁਖਲਾ ਗਿਆ ਹੈ ਉਹਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਡਾ ਫਿਊਚਰ ਸਿਕਿਉਰ ਨਹੀਂ ਉਹ ਬੱਚਿਆਂ ਦਾ ਫਿਊਚਰ ਕਿਵੇਂ ਬਣਾ ਸਕਦੇ ਆ ਜਿਨ੍ਹਾਂ ਦਾ ਆਪਣਾ ਖੁਦ ਦਾ ਫਿਊਚਰ ਜਿਹੜਾ ਹੈਗਾ ਉਹ ਸਿਕਿਉਰ ਨਹੀਂ ਹੈਗਾ ਔਰ ਸਰਕਾਰ ਜਿਹੜੇ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ ਅਸੀਂ ਘਰ-ਘਰ ਨੌਕਰੀ ਪਹੁੰਚਾਵਾਂਗੇ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਨੌਕਰੀ ਪਹੁੰਚਾ ਨਹੀਂ ਰਿਹਾ ਇਹ ਤਾਂ ਨੌਕਰੀਆਂ ਜਿਹੜੀਆਂ ਪਹਿਲਾਂ ਕਰ ਰਹੇ ਲੋਕ ਉਹਨਾਂ ਤੋਂ ਵੀ ਖੋਹਣ ਦੀ ਕੋਸ਼ਿਸ਼ ਕਰ ਰਹੇ ਹੈ ਤੇ ਮੈਂ 5178 ਮਾਸਟਰ ਕੈਡਰ ਸ਼੍ਰੀ ਮੁਖਸਰ ਸਾਹਿਬ ਦੇ ਯੂਨਿਟ ਨੂੰ ਰਿਪਰੈਜ਼ੈਂਟ ਕਰਦਾ ਹਾਂ ਸਾਡੀ ਭਰਤੀ ਦੇ ਸਬੰਧ ਵਿੱਚ ਦੋ ਗੱਲਾਂ ਮੈਂ ਪਹਿਲਾਂ ਦੱਸਣੀਆਂ ਚਾਹਣਾ ਹੈ ਪੰਜਾਬ ਸਰਕਾਰ ਦੁਆਰਾ 2011 ਦੇ ਵਿੱਚ ਇੱਕ TET ਦਾ ਟੈਸਟ ਲਿਆ ਗਿਆ ਸੀ ਅਧਿਆਪਕ ਯੋਗਤਾ ਟੈਸਟ ਤੇ ਸਾਡੀ ਜਿਹੜੀ ਭਰਤੀ ਹੈ ਉਸ ਟੈਸਟ ਨੂੰ ਪਾਸ ਕਰਨ ਜਿਹਦਾ ਸਿਰਫ ਰਿਜ਼ਲਟ 2% ਤੱਕ ਹੀ ਆਇਆ ਸੀ ਉਸ ਰਿਜ਼ਲਟ TET ਨੂੰ ਪਾਸ ਕਰਕੇ ਸਾਡੀ ਜਿਹੜੀ ਹੈ ਜਥੇਬੰਦੀ ਦੇ ਵਿੱਚ ਅਧਿਆਪਕ ਜਿਹੜੇ ਸੀ ਉਹ ਭਰਤੀ ਕੀਤੇ ਗਏ ਸਰਕਾਰ ਦੁਆਰਾ ਤੇ ਉਸ ਤੋਂ ਬਾਅਦ ਇਹ ਭਰਤੀ ਦਾ ਇਸ਼ਤਿਹਾਰ ਜਿਹੜਾ ਸੀ 9 ਸਤੰਬਰ 2012 ਦੇ ਵਿੱਚ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਇਸ ਭਰਤੀ ਨੂੰ ਲਮਕਾਉਂਦੇ ਹੋਏ ਸਰਕਾਰ ਨੇ ਅਨਨਕਾਨੀ ਕਰਦੇ ਹੋਏ ਇਸ ਭਰਤੀ ਨੂੰ ਨਵੰਬਰ 2014 ਦੇ ਵਿੱਚ ਜਾ ਕੇ ਸਾਨੂੰ ਨਿਯੁਕਤੀ ਪੱਤਰ ਦਿੱਤੇ ਤੇ ਨਿਯੁਕਤੀ ਪੱਤਰਾਂ ਦੇ ਵਿੱਚ ਵੀ ਸਾਡੇ ਨਾਲ ਏਡਾ ਕੋਝਾ ਮਜਾਕ ਇਹਨਾਂ ਨੇ ਕੀਤਾ ਕਿ ਤੁਹਾਨੂੰ ਸਿਰਫ 3 ਸਾਲ ਲਈ 6000 ਰੁਪਿਆ ਤਨਖਾਹ ਦੇ ਉੱਤੇ ਨਗੂਣੇ ਜੇ ਪੱਤੇ ਸਾਨੂੰ ਕਹਿ ਕੇ ਤੇ ਵਿੱਚ 500 ਰੁਪਿਆ ਸਲਾਨਾ ਵਾਧਾ ਦੇ ਗੱਲ ਕਰਕੇ ਉਹਨਾਂ ਨੇ ਸਾਨੂੰ ਭਰਤੀ ਕੀਤਾ ਸਾਡੇ ਬੇਰੋਜ਼ਗਾਰ ਸਾਥੀ ਸੀਗੇ ਅਸੀਂ ਉਸ ਨੂੰ ਮੰਨਣ ਲਈ ਮਜਬੂਰ ਹੋਏ ਸਰਕਾਰ ਦੇ ਦਮਨ ਦਾ ਸੀ ਸ਼ਿਕਾਰ ਹੋਏ ਤੇ ਉਸ ਤੋਂ ਬਾਅਦ ਸਾਡੇ ਪੱਤਰਾ ਦੇ ਨਿਯੁਕਤੀ ਪੱਤਰਾਂ ਦੇ ਵਿੱਚ ਇੱਕ ਗੱਲ ਇਹ ਵੀ ਕਹੀ ਸੀ ਕਿ 3 ਸਾਲ ਬਾਅਦ ਤੁਹਾਨੂੰ ਪੂਰੇ ਮਾਨ ਸਨਮਾਨ ਦੇ ਨਾਲ ਪੂਰੇ ਮਾਣ ਪੱਤੇ ਦੇ ਕੇ ਤੁਹਾਨੂੰ ਰੈਗੂਲਰ ਕੀਤਾ ਜਾਵੇਗਾ ਤੇ ਪਰ ਇਸ ਦੇ ਸਬੰਧ ਦੇ ਵਿੱਚ ਅਸੀਂ ਬੜੇ ਪਹਿਲਾਂ ਤਾਂ ਅਸੀਂ ਇਹਨਾਂ ਦੀ ਬਹੁਤ ਮਿਹਨਤਾਂ ਤਰਲੇ ਕੀਤੇ ਸਰਕਾਰ ਦੇ ਕਿ ਜੀ ਸਾਡੇ ਕੇਸ ਮੰਗਾਏ ਜਾਣ ਸਾਡੇ ਭਰਤੀ ਨੂੰ 3 ਸਾਲ ਪੂਰੇ ਹੋ ਚੁੱਕੇ ਐ ਸਾਡੇ ਬਹੁਤ ਮਿਹਨਤਾਂ ਤਰਲੇ ਕਰਨ ਤੋਂ ਬਾਅਦ ਇਹਨਾਂ ਨੇ ਪਹਿਲਾਂ ਤਾਂ ਸਾਡੇ ਕੇਸ ਮੰਗਵਾ ਲੇ ਉਸ ਤੋਂ ਬਾਅਦ ਅਸੀਂ ਕ੍ਰਿਸ਼ਨ ਕੁਮਾਰ ਜੀ ਨਾਲ رابطہ ਕਾਇਮ ਕੀਤਾ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿੰਨਾ ਤੁਹਾਡਾ ਜਦੋਂ ਤੁਹਾਡੇ 3 ਸਾਲ ਪੂਰੇ ਹੋ ਜਾਣਗੇ ਤੁਹਾਡੇ ਨਿਯੁਕਤੀ ਪੱਤਰਾਂ ਦੇ ਵਿੱਚ ਲਿਖਿਆ ਹੈ ਤੇ ਤੁਹਾਡਾ ਇੱਕ ਦਿਨ ਵੀ ਅਸੀਂ ਉਸ ਤੋਂ ਉੱਪਰ ਨਹੀਂ ਹੋਣ ਦਿਆਂਗੇ ਤੇ ਪਰ ਅੱਜ ਨਵੰਬਰ 2017 ਦੇ ਵਿੱਚ ਸਾਡੇ ਜਿਹੜੇ 3 ਸਾਲ ਕੰਪਲੀਟ ਹੋ ਗਏ ਐ ਸਾਡੇ ਸਾਰੇ ਅਧਿਆਪਕ ਜਿਹੜੇ ਸੀ ਸਾਸ ਦੇ ਵਿੱਚ ਸੀਗੇ ਕਿ ਵੀ ਹੁਣ 3 ਸਾਲ ਅਸੀਂ ਜਿਹੜਾ ਹੈ ਤੱਕਾ ਸਹਿ ਲਿਆ ਤੇ ਹੁਣ ਸਾਨੂੰ ਜਿਹੜਾ ਰੈਗੂਲਰ ਕੀਤਾ ਜਾਊਗਾ ਪਰ ਹੁਣ ਵੀ 4 ਮਹੀਨੇ ਲਗਭਗ ਉਸਤੇ ਉੱਪਰ ਹੋ ਚੁੱਕੇ ਐ ਤੇ ਸਾਡੀ ਸਰਕਾਰ ਕੋਈ ਸਾਡਾ ਨੋਟੀਫਿਕੇਸ਼ਨ ਰੈਗੂਲਰ ਦਾ ਨਹੀਂ ਕਰ ਰਹੀ ਤੇ ਉਲਟਾ ਜਿਹੜਾ ਹੈ ਕਿ ਨਵੇਂ ਕਾਨੂੰਨ ਦੇ ਤਹਿਤ 10300 ਦਾ ਜਿਹੜਾ ਸ਼ੋਸ਼ਾ ਉਹ ਛੱਡਿਆ ਜਾ ਰਿਹਾ ਤੇ ਜਿਹਦੇ ਨਾਲ ਸਾਡੇ ਉੱਤੇ ਦੂਰਾ ਆਤਿਆਚਾਰ ਹੋ ਰਿਹਾ ਅਸੀਂ ਪਹਿਲਾਂ 3 ਸਾਲ 6000 ਰੁਪਏ ਦੇ ਨਾਲ ਆਪਦੇ ਘਰ ਦੇ ਗੁਜ਼ਾਰੇ ਬੜੀ ਮੁਸ਼ਕਲ ਦੇ ਨਾਲ ਕੀਤੇ ਆ ਸਾਡੇ ਕਈ ਸਾਥੀ ਜਿਹੜੇ ਆ ਕਰਜ਼ਾਈ ਹੋਏ ਹੋਏ ਨੇ ਤੇ ਹੁਣ ਜਿਹੜਾ 10300 ਦਾ ਜਿਹੜਾ ਸਾਡੇ ਉੱਤੇ ਧੱਕੇ ਨਾਲ ਥੋਪਿਆ ਜਾ ਰਿਹਾ ਉਹਦਾ ਅਸੀਂ ਆਪਦੀ ਜਥੇਬੰਦੀ ਵੱਲੋਂ ਕੜਾ ਵਿਰੋਧ ਕਰਦੇ ਆ ਤੇ ਜਿਹੜਾ ਹੈ ਕਿ ਹੁਣ 10300 ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਸਾਡੇ ਤੋਂ 6000 ਦੇ ਵਿੱਚ ਇਹਨਾਂ ਨੇ ਸਾਡਾ ਧੱਕਾ ਕੀਤਾ ਸਾਡੇ ਨਾਲ ਅਸੀਂ ਇਸ ਦਾ ਵੀ ਵਿਰੋਧ ਕੀਤਾ ਸੀ ਪਰ ਸਾਡੇ ਨਿਯੁਕਤੀ ਪੱਤਰਾਂ ਦੇ ਵਿੱਚ 3 ਸਾਲ ਦੀ ਜਿਹੜੀ ਸ਼ਰਤ ਸੀਗੀ ਅਸੀਂ ਉਹਦੇ ਤੇ ਨਿਤਰੇ ਆ ਤੇ ਹੁਣ ਅਸੀਂ ਸਰਕਾਰ ਤੋਂ ਵੀ ਯਾਦ ਕਰਦੇ ਹਾਂ ਕਿ ਸਾਡਾ ਜਿਹੜਾ ਹੈਗਾ ਇਹ 3 ਸਾਲ ਪੂਰੇ ਹੋਣ ਤੋਂ ਬਾਅਦ ਸਾਡਾ ਜਿਹੜਾ ਬਣਦਾ ਮਾਨ ਸਨਮਾਨ ਸਾਨੂੰ ਦਿੱਤਾ ਜਾਵੇ ਇਸ ਦੇ ਲਈ ਅਸੀਂ 19 ਫਰਵਰੀ ਨੂੰ ਵੀ ਡੀਪੀਆ ਆਪਣਾ ਡੀਪੀਆ ਦਫ਼ਤਰ ਦੇ ਬਾਹਰ ਇੱਕ ਸੁਭਾ ਪੱਧਰੀ ਰੈਲੀ ਕੀਤੀ ਸੀ ਜਸ ਦੇ ਵਿੱਚ ਸਾਨੂੰ ਉਹਨਾਂ ਨੇ ਬਹੁਤ ਵਾਰੀ ਮੌਕੇ ਦੇ ਉੱਤੇ ਜਾ ਕੇ ਸਾਡੀ ਜਿਹੜੀ ਹੈ ਸਾਡੀ ਆਪਣਾ OS OSD ਸਾਹਿਬ ਆਏ ਜਾਂ ਉਹਨਾਂ ਦੇ ਪ੍ਰਿੰਸੀਪਲ ਸਕੱਤਰ ਸੀਐਮ ਸਾਹਿਬ ਦੇ ਉਹਨਾਂ ਨਾਲ ਸਾਡੀ ਸੀਐਮ ਦਫ਼ਤਰ ਦੇ ਵਿੱਚ ਮੀਟਿੰਗ ਵੀ ਕਰਾਈ ਤੇ ਸਾਡੇ ਬਾਅਦ ਦੇ ਵਿੱਚ ਕੀ ਹੋਇਆ ਕਿ ਜਦੋਂ ਉਹ ਮੀਟਿੰਗ ਬਰਖਾਸਤ ਕੀਤੀ ਗਈ ਬਾਅਦ ਦੇ ਵਿੱਚ ਸਾਡੇ ਸਾਡੇ ਨਾਲ ਦੇ ਸੂਬਾ ਅਗੂਆਂ ਦੇ ਉੱਤੇ ਹੀ ਕੇਸ ਪਾ ਦਿੱਤੇ ਗਏ ਤੇ ਕੇਸ ਵੀ ਕਿਹੜੇ ਪਾਏ ਆ ਜਿਹੜੇ ਪੰਚਕੋਲਾ ਦੇ ਉੱਤੇ ਪੰਚਕੋਲਾ ਦੇ ਵਿੱਚ ਜਿਹੜਾ ਦੰਗਾਈ ਕੀਤੀ ਗਈ ਸੀ ਉਹਨਾਂ ਦੇ ਨਾਲ ਦੀਆਂ ਹੀ ਧਰਾਵਾਂ ਸਾਡੇ ਉੱਤੇ ਲਾਈਆਂ ਗਈਆਂ ਹਾਲਾਂਕਿ ਸਾਡੇ ਦੁਆਰਾ ਅਜਿਹਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਅਸੀਂ ਉਸ ਦੇ ਇਸ ਜਿਹੜਾ ਹੈ ਇਹ ਸਾਰਾ ਸਾਡੇ ਉੱਪਰ ਕੇਸ ਪਾਏ ਜਾਣੇ ਤੇ ਆਪਦੇ ਹੱਕ ਦੀ ਮੰਗਤ ਦੇ ਲਈ ਜਦੋਂ ਅਸੀਂ ਇਕੱਠੇ ਹੋਏ ਤਾਂ ਸਾਡੇ ਉੱਤੇ ਜਿਹੜੇ ਕੇਸ ਪਾਏ ਗਏ ਇਹ ਸਰਕਾਰ ਦਾ ਜਿਹੜਾ ਜਾਬਰ ਚਿਹਰਾ ਉਹਨੂੰ ਨੰਗਾ ਕਰਦੀ ਹੈ ਤੇ ਅਸੀਂ ਆਪ ਦੀ ਜਥੇਬੰਦੀ ਦੇ ਪ੍ਰਤੀ ਜਥੇਬੰਦੀ ਦੇ ਦੁਆਰਾ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਜਿਹੜੇ ਬਣਦੇ ਮਾਨ ਸਨਮਾਨ ਸਾਨੂੰ ਦਿੱਤੇ ਜਾਣ ਤੇ ਸਾਡੇ ਜਿਹੜੇ ਸੁਭਾ ਆਗੂ ਸਭਾ ਸੁਭਾ ਕਮੇਟੀ ਦੇ ਉੱਪਰ ਜਿਹੜੇ ਕੇਸ ਪਾਏ ਗਏ ਝੂਠੇ ਪਰਚੇ ਪਾਏ ਗਏ ਉਹਨਾਂ ਨੂੰ ਰੱਦ ਕੀਤਾ ਜਾਵੇ। ਅ ਐਸਐਸਏ ਰਮਸਾ ਦੇ ਅਧੀਨ ਖੋਲੇ ਗਏ ਅਦਰਸ਼ ਮਾਡਲ ਸਕੂਲ ਉਹਨਾਂ ਦੇ ਮੁਕਸਰ ਇਕਾਈ ਦੀ ਯੂਨਿਟ ਤੋਂ ਮੈਂ ਬੋਲ ਰਹੀ ਹਾਂ ਤਾਂ ਜੋ ਸਰਕਾਰ ਨੇ ਇੱਕ ਨਵੀਂ ਨੀਤੀ ਤੇ ਨਵੀਂ ਪਾਲਿਸੀ ਲਾਗੂ ਕਰਨ ਜਾ ਰਹੀ ਹੈ 1030 ਦੀ ਉਸ ਦੇ ਅਧੀਨ ਮੈਂ ਆਪਣੇ ਵਿਚਾਰ ਦੱਸਣ ਜਾ ਰਹੀ ਹਾਂ ਕਿ ਇਸ ਪਾਲਿਸੀ ਦੇ ਨਾਲ ਅਧਿਆਪਕ ਵਰਗ ਦੇ ਨਾਲ-ਨਾਲ ਸਮਾਜਿਕ ਘਾਣ ਤੇ ਸਿੱਖਿਆ ਤੰਤਰ ਦਾ ਘਾਣ ਕਿਸ ਤਰ੍ਹਾਂ ਹੋਵੇਗਾ ਜਿਸ ਸਮੇਂ ਤੇ ਸਾਡੇ ਸਕੂਲ ਖੋਲੇ ਗਏ ਸਨ ਸਾਰੇ ਸਕੂਲ ਮਿਆਰੀ ਸਿੱਖਿਆ ਦੇਣ ਵਾਸਤੇ ਸੀਬੀਐਸਸੀ ਮੀਡੀਅਮ ਦੇ ਸੀ ਅਤੇ ਇੰਗਲਿਸ਼ ਮੀਡੀਅਮ ਸਾਰਿਆਂ ਦਾ ਸੁਪਨਾ ਹੁੰਦਾ ਹੈ ਗਰੀਬ ਪਰਿਵਾਰਾਂ ਦਾ ਸੁਪਨਾ ਹੁੰਦਾ ਤੇ ਉਸ ਸਮੇਂ ਦੇ ਮਾਣਯੋਗ ਮੁੱਖ ਮੰਤਰੀ ਸਾਹਿਬਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਨ੍ਹਾਂ ਸਕੂਲਾਂ ਦਾ ਉਦਘਾਟਨ ਕੀਤਾ ਤੇ ਜਨਤਾ ਦੇ ਹੱਥ ਵਿੱਚ ਇਹ ਸਕੂਲ ਥਮਾਏ ਤਾਂ ਜੋ ਗਰੀਬ ਅਤੇ ਕਿਰਤੀ ਕਿਸਾਨ ਜਾਂ ਹੋਰ ਥੱਲੜੇ ਵਰਗਾਂ ਦੇ ਬੱਚੇ ਹਨ ਉਹ ਮਿਆਰੀ ਸਿੱਖਿਆ ਹਾਸਲ ਕਰ ਸਕਣ ਪਰ ਹੁਣ ਸਮੇਂ ਦੇ ਅਨਸਾਰ ਸਰਕਾਰ ਨੇ ਇੱਕ ਨਵੀਂ ਨੀਤੀ ਨਵੀਂ ਪਾਲਿਸੀ ਜਿਹੜੀ ਲਾਗੂ ਕਰਨ ਜਾ ਰਹੀ ਹੈ ਭਾਵੇਂ ਕਿ ਪਿਛਲੀ ਸਰਕਾਰ ਨੇ ਇੱਕ ਐਕਟ ਪਾਸ ਕੀਤਾ ਸੀ ਤੇ ਉਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੋ ਵੀ ਤੁਹਾਡੀ ਪੇਪ ਪ੍ਰੋਟੈਕਟ ਕੀਤੀ ਜਾਊਗੀ ਤੇ ਉਸ ਦੇ ਅਧੀਨ ਤੁਹਾਨੂੰ ਰੈਗੂਲਰ ਕੀਤਾ ਜਾਵੇਗਾ ਪਰ ਸਰਕਾਰ ਹੁਣ ਅਯੋਕੀ ਸਰਕਾਰ ਇਸ ਗੱਲ ਤੋਂ ਪਿੱਛੇ ਹਟਦੀ ਜਾ ਰਹੀ ਹੈ ਤੇ ਇੱਕ ਨਵੀਂ ਨੀਤੀ ਨਵੀਂ ਪਾਲਸੀ ਅਧਿਆਪਕਾਂ ਦੇ ਉੱਤੇ ਇੱਕ ਲਾਗੂ ਕਰਨ ਜਾ ਰਹੀ ਹੈ ਇਸ ਦੇ ਨਾਲ ਸਿਰਫ ਇੱਕ ਅਧਿਆਪਕ ਵਰਗ ਦਾ ਸ਼ੋਸ਼ਣ ਨਹੀਂ ਹੈ ਬਲਕਿ ਸਮਾਜਿਕ ਸ਼ੋਸ਼ਣ ਹੈ ਉਹਨਾਂ ਬੱਚਿਆਂ ਤੋਂ ਸਿੱਖਿਆ ਦਾ ਹੱਕ ਖੋ ਰਹੀ ਹੈ ਕੀ ਇੱਕ ਅਧਿਆਪਕ ਜੋ ਆਪਣੇ ਆਪ ਤੇ ਆਪਣੇ ਆਪ ਨੂੰ ਡਿਪੈਂਡਿੰਗ ਕਰ ਪਾਰਿਆ ਕਿ ਉਹ ਦੂਜੇ ਬੱਚਿਆਂ ਨੂੰ ਕਿਸ ਤਰ੍ਹਾਂ ਲਵੇਗਾ ਇਹ ਮੇਰਾ ਸਰਕਾਰ ਤੋਂ ਸਵਾਲ ਹੈ ਕਿ ਜਿਹੜਾ ਅਧਿਆਪਕ ਆਪਣਾ ਮਾਨਸਿਕ ਪੱਧਰ ਖੋ ਦੇਵੇਗਾ ਕੀ ਉਹ ਦੂਜੇ ਬੱਚਿਆਂ ਨੂੰ ਉਸ ਲੈਵਲ ਦਾ ਮਾਨਸਿਕ ਪੱਧਰ ਉਹਨਾਂ ਦਾ ਬਣਾ ਸਕੇਗਾ ਕਦੀ ਵੀ ਨਹੀਂ ਇਸ ਤੋਂ ਇਲਾਵਾ ਜਿਹੜੇ ਬੱਚੇ ਸੁਪਨੇ ਲੈ ਕੇ ਆਉਂਦੇ ਆ ਸਕੂਲਾਂ ਦੇ ਵਿੱਚ ਉਹ ਕੱਲ ਨੂੰ ਕਿਸੇ ਵੀ ਪੋਜੀਸ਼ਨ ਤੇ ਜਾ ਸਕਦੇ ਨਹੀਂ ਉਹਨਾਂ ਵਾਸਤੇ ਇਹ ਜਿਹੜੀ ਸਰਕਾਰ ਹੈ ਇੱਕ ਤਰ੍ਹਾਂ ਨਾਲ ਸਿੱਖਿਆ ਨੀਤੀ ਹੈ ਜਿਹੜੀ ਖਤਮ ਕਰਨ ਜਾ ਰਹੀ ਹੈ ਇਸ ਤੋਂ ਇਲਾਵਾ ਇਹ ਸਿਰਫ ਇੱਕ ਸਮਾਜ ਦੇ ਵਿੱਚ ਗੱਲ ਇਹ ਫਲਾਈ ਜਾ ਰਹੀ ਕਿ ਇਹ ਸਿਰਫ ਇੱਕ ਅਧਿਆਪਕ ਵਰਗ ਦਾ ਜਿਹੜਾ ਨਿੱਜੀ ਮਸਲਾ ਹੈ ਮੈਂ ਇਹ ਕਹਿਣਾ ਚਾਹੂੰਗੀ ਕਿ ਅਧਿਆਪਕ ਵਰਗ ਦਾ ਨਿੱਜੀ ਮਸਲਾ ਨਹੀਂ ਹੈ ਇਹ ਇੱਕ ਪੂਰਾ ਸਮਾਜਿਕ ਤੌਰ ਤੇ ਸਮੂਹਿਕ ਮਸਲਾ ਬਣ ਚੁੱਕਿਆ ਹੈ ਕਿਉਂਕਿ ਅਧਿਆਪਕ ਇੱਕ ਸੱਚਾ ਸੁੱਚਾ ਇਮਾਨਦਾਰ ਕਿਰਤੀ ਹੈ ਤੇ ਉਸ ਦੇ ਨਾਲ ਸਮਾਜ ਦੀਆਂ ਜਿਹੜੀਆਂ ਬਹੁਤ ਸਾਰੀਆਂ ਡੋਰਾਂ ਜੁੜੀਆਂ ਹੋਈਆਂ ਨੇ ਅ ਜਿਹੜੇ ਵੀ ਬੱਚੇ ਅਧਿਆਪਕ ਦੇ ਕੋਲ ਪੜਨ ਆਉਂਦੇ ਨਹੀਂ ਉਹ ਕਿਸ ਤਰ੍ਹਾਂ ਦੀ ਸਿੱਖਿਆ ਲੈ ਕੇ ਜਾਂਦੇ ਨੇ ਜਿਸ ਤਰ੍ਹਾਂ ਦਾ ਅਧਿਆਪਕ ਦਾ ਮਾਨਸਿਕ ਪੱਧਰ ਹੋਵੇਗਾ ਪਰ ਜੇ ਅਧਿਆਪਕ ਦਾ ਮਨੋਬਲ ਡਿੱਗ ਪਿਆ ਤਾਂ ਕੀ ਉਹ ਆਪਣੇ ਬੱਚਿਆਂ ਨੂੰ ਓਨੇ ਮਾਨਸਿਕ ਪੱਧਰ ਦੀ ਸਿੱਖਿਆ ਦੇ ਪਾਵੇਗਾ ਕਦੀ ਵੀ ਨਹੀਂ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਸਿੱਖਿਆ ਤੰਤਰ ਦਾ ਕਾਨੂੰਨ ਬੰਦ ਕਰਨਾ ਚਾਹੀਦਾ ਹੈ ਤੇ ਅਧਿਆਪਕਾਂ ਨੂੰ ਉਹਨਾਂ ਦਾ ਬੰਦਾ ਸਰਦਾ ਜੋ ਵੀ ਉਹਨਾਂ ਦੇ ਸਕਿੱਲ ਹੈ ਲਾਗੂ ਕਰਨੇ ਚਾਹੀਦੇ ਨੇ ਇਹਨਾਂ ਦੇ ਨਾਲ ਦੇ ਅਧਿਆਪਕਾਂ ਦੇ ਨਾਲ-ਨਾਲ ਸਮਾਜਿਕ ਦੇ ਜਿਹੜੇ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਸੀ ਹੁਣ ਇਸ ਦੇ ਨਾਲ ਅਧਿਆਪਕ ਵੀ ਖੁਦਕੁਸ਼ੀਆਂ ਦੇ ਰਾਹ ਹੀ ਅਪਣਾਉਣਗੇ ਇਸ ਲਈ ਮੈਂ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਮਤਲਬ ਇਸ ਤਰ੍ਹਾਂ ਦੀਆਂ ਪਾਲਿਸੀਆਂ ਲਾਗੂ ਕਰਨ ਜਾ ਰਹੇ ਉਹ ਬਿਲਕੁਲ ਹੀ ਗਲਤ ਨਹੀਂ ਇਹਨਾਂ ਦੇ ਜੋ ਪਿਛਲੇ ਐਕਟ ਲਾਗੂ ਕੀਤੇ ਗਏ ਨੇ ਪੇ ਪ੍ਰੋਟੈਕਟ ਵਾਲੇ ਐ ਠੀਕ ਨੇ ਪਰ 3 ਸਾਲਾਂ ਲਈ ਕਿਸੇ ਵੀ ਅਧਿਆਪਕ ਵਾਸਤੇ 10 300 ਤੇ ਰਹਿਣਾ ਬਹੁਤ ਹੀ ਮੰਦ ਭਾਗੀ ਗੱਲ ਹੈ ਨਾ ਹੀ ਕੋਈ ਅਧਿਆਪਕ ਇਸ ਤਰ੍ਹਾਂ ਕੋਈ ਆਪਣਾ ਕਰ ਪਾਵੇਗਾ ਨਾ ਆਪਣੇ ਘਰ ਦਾ ਗੁਜ਼ਾਰਾ ਕਰ ਪਾਵੇਗਾ ਨਾ ਉਹ ਇੱਕ ਬੱਚਿਆਂ ਨਾਲ ਇਨਸਾਫ ਕਰ ਸਕੇਗਾ ਤੇ ਨਾ ਹੀ ਇੱਕ ਅਧਿਆਪਕ ਆਪਣੇ ਨਾਲ ਇਨਸਾਫ ਕਰ ਪਾਵੇਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਸਿੱਖਿਆ ਭਾਗ ਚ ਕੰਮ ਕਰਦੇ ਵੱਖ-ਵੱਖ ਸੁਸਾਇਟੀਆਂ ਤੇ ਸਕੀਮਾਂ ਤਹਿਤ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਮੇਂ ਮੁਰਲਾ ਗ੍ਰੇਡ ਦੇਣ ਦਾ ਕੀਤਾ ਗਿਆ ਉਹ ਫੈਸਲਾ ਬਿਲਕੁਲ ਗੈਰਵਾਜਬ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਇਤਿਹਾਸ ਚ ਅੱਜ ਤੱਕ ਕਦੇ ਵੀ ਨਹੀਂ ਹੋਇਆ ਕਿ ਕਿਸੇ ਤੋਂ ਪੂਰਾ ਗ੍ਰੇਡ ਖੋ ਕੇ ਉਹਦਾ ਉਹਦੀ ਤਨਖਾਹ ਘਟਾਈ ਜਾਵੇ ਤੇ ਤਨਖਾਹ ਘਟਾ ਕੇ ਉਹਨੂੰ ਮੁੱਢਲੀ ਤਨਖਾਹ ਤੇ ਲਿਆਂਦਾ ਜਾਵੇ ਪਹਿਲਾਂ ਵੀ ਜਿਹੜੇ ਮੁਲਾਜ਼ਮ ਭਰਤੀ ਕੀਤੇ ਗਏ ਜਿਹੜੇ ਅਧਿਆਪਕ ਭਰਤੀ ਕੀਤੇ ਗਏ ਆ ਪੁਰਾਣੇ ਸਮਿਆਂ ਦੇ ਵਿੱਚ ਵੀ ਜਿਹੜਾ ਪਰਵੇਸ਼ਨ ਪੀਰੀਅਡ ਬੇਸ਼ੱਕ 2 ਸਾਲ ਦਾ ਹੁੰਦਾ ਸੀ ਪਰ ਉਸ ਪਰਵੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਦਿੱਤੀ ਜਾਂਦੀ ਸੀ ਔਰ ਬਣਦੇ ਭੱਤੇ ਦਿੱਤੇ ਜਾਂਦੇ ਸਨ ਪਰ ਪੰਜਾਬ ਸਰਕਾਰ ਦਾ ਜਿਹੜਾ ਨਵਾਂ ਫੈਸਲਾ ਹੈ ਜਿਹੜੀ 15 ਦੀ ਲੈਟਰ ਜਾਰੀ ਕਰਕੇ ਕਿਹਾ ਗਿਆ ਹੈ ਕਿ 3 ਸਾਲ ਲਈ ਪਰਵੇਸ਼ਨ ਪੀਰੀਅਡ ਹੋਵੇਗਾ ਤੇ ਬੇਸਿਕ ਪੇ ਦਿੱਤੀ ਜਾਊਗੀ ਇਹ ਫੈਸਲਾ ਬਹੁਤ ਮੰਦਪਾਗਾ ਫੈਸਲਾ ਹੈ ਤੇ ਇਸ ਤੋਂ ਅੱਗੇ ਜਿਹੜਾ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੇ ਕਿਸੇ ਨੇ ਰੈਗੂਲਰ ਹੋਣਾ ਹੈ ਉਹ 10300 ਤੇ ਰੈਗੂਲਰ ਹੋਵੇਗਾ ਸਿੱਖਿਆ ਭਾਗ ਦੇ ਉੱਤੇ ਇਹ ਜਿਹੜੀ ਆ ਰਹੀ ਹੈ ਇਹਨਾਂ ਨੇ ਚਲਾਈ ਚਲਾਉਣੀ ਸ਼ੁਰੂ ਕੀਤੀ ਹੈ ਕਿਉਂਕਿ ਜਿਹੜੇ ਸੁਸਾਇਟੀਆਂ ਦੀ ਇਨ ਕੰਮ ਕਰਦੇ ਅਧਿਆਪਕ ਹੈ ਚਾਹੇ ਉਹ ਕੰਪਿਊਟਰ ਅਧਿਆਪਕ ਹੈ ਚਾਹੇ ਉਹ ਐਸਐਸਸੀ ਰਾਮਸਾਲੀ ਦਫ਼ਤਰੀ ਕੰਮ ਹੈ ਜਾਂ ਦੂਸਰੇ ਅਧਿਆਪਕ ਹੈ ਉਹਨਾਂ ਦੀ ਫੰਡਿੰਗ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਹੁੰਦੀ ਸੀ ਪਰ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਯਾਨੀ ਅਪਾਇੰਟ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਦਾ ਇਹ ਫਰਜ ਬਣਦਾ ਹੈ ਕਿ ਉਹਨਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਸਮੇਂ ਉਹਨਾਂ ਨੂੰ ਪੂਰੇ ਗ੍ਰੇਡ ਦਿੱਤੇ ਜਾਣ ਔਰ ਅੱਜ ਤੱਕ ਇਹ ਕਦੇ ਵੀ ਨਹੀਂ ਹੋਇਆ ਕਿ ਕਿਸੇ ਨੂੰ ਰੈਗੂਲਰ ਕਰਨ ਸਮੇਂ ਉਹਨਾਂ ਦੇ ਗ੍ਰੇਡ ਖੋਏ ਜਾਣ ਜੇ ਪਹਿਲਾਂ ਵੀ ਫੈਸਲਾ ਜਿਹੜਾ 2015 ਦੀ ਚਿੱਠੀ ਜਿਹਦੇ ਮੁਤਾਬਕ ਇਹ ਕਿਹਾ ਗਿਆ ਕਿ 3 ਸਾਲ ਲਈ ਬੇਸਿਕ ਪੇਤੇ ਕੰਮ ਕੀ ਹੈ ਅਧਿਆਪਕਾਂ ਦਾ ਮੁਲਾਜ਼ਮ ਕਰਨਗੇ ਇਹ ਫੈਸਲਾ ਵੀ ਅਧਿਆਪਕਾਂ ਦੇ ਖਿਲਾਫ ਫੈਸਲਾ ਅਧਿਆਪਕਾਂ ਦੇ ਵਿਰੋਧ ਚ ਫੈਸਲਾ ਇਸੇ ਤਰ੍ਹਾਂ 5178 ਵਾਲੇ ਜਿਹੜੇ ਅਧਿਆਪਕ ਕੰਮ ਕਰ ਰਹੇ ਹੈ 3 ਸਾਲ ਪਹਿਲਾਂ ਉਹਨਾਂ ਨੂੰ 6000 ਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਗਿਆ ਔਰ ਹੁਣ ਉਹਨਾਂ ਦੀ ਤਨਖਾਹ 10300 ਜਿਹੜੀ ਫਿਕਸ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਜਦ ਪੰਜਾਬ ਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੋ ਇਹ ਆਪਸ਼ਨ ਦੇ ਰਿਹਾ ਹੈ ਕਿ ਜੇਕਰ ਤੁਸੀਂ ਰੈਗੂਲਰ ਹੋਣਾ ਹੈ ਤਾਂ ਤੁਸੀਂ 10300 ਤੇ ਕੰਮ ਕਰੋਗੇ ਤੇ ਨਹੀਂ ਰੈਗੂਲਰ ਹੋਣਾ ਤਾਂ ਤੁਸੀਂ ਉਸੇ ਤਰ੍ਹਾਂ ਆਪਦੇ ਆਪ ਦੇ ਪ੍ਰੋਜੈਕਟਾਂ 'ਚ ਕੰਮ ਕਰੋਗੇ ਇਹ ਬਹੁਤ ਮੰਦ ਭਾਗਾ ਫੈਸਲਾ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਇਸ ਫੈਸਲੇ ਦੀ ਪੂਰਜੋਰ ਨਖੇਦੀ ਕਰਦੇ ਆ ਮਹਿਸੂਸ ਕਰਦੀ ਹੈ ਕਿ ਅਧਿਆਪਕਾਂ ਦਾ ਆਰਥਿਕ ਮਾਨਸਿਕ ਸਮਾਜਿਕ ਸ਼ੋਸ਼ਣ ਹੈ ਔਰ ਸਿੱਖਿਆ ਤੰਤਰ ਨੂੰ ਬੁਰੀ ਤਰ੍ਹਾਂ ਫੇਲ ਕਰਨ ਵਾਲਾ ਪੰਜਾਬ ਸਰਕਾਰ ਦਾ ਫੈਸਲਾ ਕਿਉਂਕਿ ਜੇਕਰ ਪਹਿਲਾਂ ਅਧਿਆਪਕ ਆਪਦੀ ਤਨਖਾਹ ਤੇ ਭੱਤਿਆਂ ਤੋਂ ਸੰਤੁਸ਼ਟ ਨਹੀਂ ਹੋਊਗਾ ਜੇ ਅਧਿਆਪਕ ਦੇ ਘਰ ਦੇ ਖਰਚੇ ਪੂਰੇ ਨਹੀਂ ਹੋਣਗੇ ਜੇ ਅਧਿਆਪਕ ਸਕੂਲ ਜਾ ਕੇ ਆਪਦੇ ਇਸ ਤਰ੍ਹਾਂ ਦੇ ਫੇਕਰਾں ਦੇ ਵਿੱਚ ਹੀ ਹੋਊਗਾ ਕਿ ਮੈਂ ਆਪਦੇ ਘਰ ਦੇ ਖਰਚ ਕਿਵੇਂ ਪੂਰੇ ਕਰੂੰਗਾ ਤਾਂ ਕੁਦਰਤੀ ਇਹ ਗੱਲ ਹੈ ਕਿ ਉਹ ਬੱਚਾ ਨਾਲ ਇਨਸਾਫ ਨਹੀਂ ਕਰ ਸਕੂਗਾ ਤੇ ਜੇ ਬੱਚਾ ਨਾਲ ਇਨਸਾਫ ਨਹੀਂ ਹੋਊਗਾ ਤਾਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਸ ਪੀੜ੍ਹੀ ਤੋਂ ਅਸੀਂ ਆਸਾ ਲਾਉਂਦੇ ਆ ਕਿ ਇਸ ਪੀੜ੍ਹੀ ਨੇ ਡਾਕਟਰ ਬਣਨਾ ਇੰਜੀਨੀਅਰ ਬਣਨਾ ਉਹ ਕਦੇ ਨਹੀਂ ਬਣ ਸਕੂਗੀ ਪੰਜਾਬ ਸਰਕਾਰ ਸਕੂਲਾਂ ਨੂੰ ਇਨਫਰਾਸਟ੍ਰਕਚਰ ਦੇਣ ਦੇ ਨਾਲ-ਨਾਲ ਅਧਿਆਪਕਾਂ ਨੂੰ ਪੂਰੀ ਤਨਖਾਹ ਤੇ ਭੱਤੇ ਦੇ ਕੇ ਰੈਗੂਲਰ ਕਰੇ ਸਾਡੀ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਹੈ ਨਹੀਂ ਤਾਂ ਪੰਜਾਬ ਦੇ ਮੁਲਾਜ਼ਮ ਸੰਘਰਸ਼ ਜਰਾਤੇ ਪਏ ਹੋਇਆ ਔਰ ਸੰਘਰਸ਼ ਕੀਤਾ ਜਾਊਗਾ ਮੇਰੀ ਸਰਵਸਤ ਤਕਰੀਬਨ 30 ਸਾਲ ਹੋ ਗਈ ਆ ਮੈਂ ਇੰਨੇ ਸਮੇਂ ਤੱਕ ਇਹ ਨਹੀਂ ਸੀ ਦੇਖਿਆ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪੱਕੇ ਕਾਰਨ ਤੇ ਪੱਕੇ ਵਧੀਆ ਗ੍ਰੇਡ ਦੇਣ ਤੇ ਜੋ ਉਹਨਾਂ ਦਾ ਬਣਦਾ ਗ੍ਰੇਡ ਆ ਉਹ ਦੇਣ ਦੀ ਬਜਾਏ ਉਹਨਾਂ ਨੂੰ ਬੇਸਕ ਪੇ ਤੇ ਲਾਇਆ ਜਾ ਰਿਹਾ ਤੇ ਹਲੇ ਵੀ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਤਿੰਨ ਸਾਲ ਹੋਰ ਲਾਓ ਇਹ ਬਹੁਤ ਘਟੀਆ ਇਹਨਾਂ ਦੀ ਕਾਰਵਾਈ ਆ ਪੰਜਾਬ ਸਰਕਾਰ ਦੀ ਕਿਸੇ ਵੀ ਹੋਰ ਸੂਬੇ 'ਚ ਇਹੋ ਜਿਹੀ ਕਾਰਵਾਈ ਨਹੀਂ ਹੋਈ ਮੈਂ ਇਹ ਕਹਿੰਨੀ ਕੁੱਛਣਾ ਚਾਹੁੰਦੀ ਆ ਸਰਕਾਰ ਨੂੰ ਕਿ ਜੋ ਤੁਸੀਂ ਖਰਚੇ ਕਰਦੇ ਆ ਜੋ ਤੁਸੀਂ ਬਾਹਰ ਜਹਾਜ਼ਾਂ ਤੇ ਤੁਰੇ ਫਿਰਦੇ ਆ ਇਧਰ ਉਧਰ ਤੁਰੇ ਪੈਦੇ ਆ ਮੰਤਰੀਆਂ ਦੀ ਤਨਖਾਹਾਂ ਆ ਉਹਨਾਂ 'ਚ ਕੱਟ ਕਿਉਂ ਨਹੀਂ ਲੱਗਦਾ ਆਮ ਤੌਰ ਤੇ ਤੁਸੀਂ ਇਹੀ ਗੱਲਾਂ ਕਹੀ ਜਾਂਦੇ ਆ ਬਈ ਸਾਡੇ ਜੀ ਖਜ਼ਾਨਾ ਖਾਲੀ ਹੋਇਆ ਪਿਆ ਆ ਆ ਹੋਇਆ ਪਿਆ ਉਹ ਹੋਇਆ ਪਿਆ ਇਹ ਸੋਚਣ ਵਾਲੀ ਗੱਲ ਆ ਤੁਸੀਂ ਆਪ ਦੇ ਪੀੜੇ ਥੱਲੇ ਵੀ ਸੋਟਾ ਮਾਰੋ ਵੀ ਇਹ ਜਿਹੜੀ ਕਾਰਵਾਈ ਤੁਸੀਂ ਕਰ ਰਹੇ ਆ ਮੁਲਾਜ਼ਮਾਂ ਦੇ ਉੱਤੇ ਅਧਿਆਪਕਾਂ ਤੇ ਕੀ ਇਹ ਤੁਹਾਡੇ ਵਾਸਤੇ ਠੀਕ ਆ ਅੱਜ ਦਾ ਅਧਿਆਪਕ ਜੋ ਸਮਾਜ ਦਾ ਨਿਰਮਾਤਾ ਆ ਜਿਸ ਨੇ ਇੰਨੇ ਕੈਟਾਗਰੀਆਂ ਨੂੰ ਪੜਾ ਲਿਖਾ ਕੇ ਤੁਹਾਡੇ ਦੇਸ਼ ਦੀ ਸ਼ਾਨ ਬਣਾਉਣਾ ਆ ਉਹ ਅੱਜ 10 300 ਤੇ ਗੁਜ਼ਾਰਾ ਕਿਵੇਂ ਕਰੂਗਾ ਜਦੋਂ ਉਹਦਾ ਨਾ ਮਾਨਸਿਕ ਜਿਹੜੀ ਆ ਪ੍ਰੋਬਲਮ ਚ ਰਹੂਗਾ ਅੱਜ ਕੱਲ ਦੇ ਮਗਿਹਾਈ ਦੇ ਜਵਾਨੇ ਵਿੱਚ ਆਪਾਂ ਨੂੰ ਪਤਾ ਹੈ ਵੀ ਹਰੇਕ ਦੇ ਘਰਵਾਰ ਉਹ ਲੈ ਲੈ ਕੇ ਲੋਨ ਲੈ ਲੈ ਕੇ ਆਪਦੇ ਆਗਿਆਰਾ ਕਰਦੇ ਆ ਆਦੇ ਬੱਚਿਆਂ ਨੂੰ ਪੜਾਉਂਦੇ ਆ ਤੇ ਸਰਕਾਰ ਦੀ ਇੱਕੋ ਜੀ ਹਰਕਤ ਹਰ ਵੇਲੇ ਕਿਸੇ ਨਾ ਕਿਸੇ ਟਾਈਮ ਤੇ ਕੋਈ ਨਵੀਂ-ਨਵੀਂ ਹਮੇਸ਼ਾ ਹੀ ਟਿੱਪਣੀਆਂ ਤੇ ਸ਼ੁਰੂ ਹੋ ਜਾਂਦੀ ਆ ਤੇ ਨਵੀਂ-ਨਵੀਂ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਇਹ ਹੀ ਅਧਿਆਪਕ ਜੋ ਸਪਰੀਮ ਕੋਰਟ ਦਾ ਵੀ ਇਹੀ ਫੈਸਲਾ ਸੀ ਵੀ ਬਰਾਬਰ ਕੰਮ ਬਰਾਬਰ ਤਨਖਾਹ ਪਰ ਇੱਥੇ ਤਾਂ ਕੁਛ ਹੋ ਰਹੀ ਹੋਈ ਜਾਂਦਾ ਪੰਜਾਬ ਸਰਕਾਰ ਕੀ ਕਰੀ ਜਾਂਦੀ ਆ ਕਿ ਕੁਝ ਟੀਚਰ 6000 ਤੇ ਲੱਗੇ ਆ ਕੁਝ 3000 ਤੇ ਵੀ ਕੰਮ ਕਰੀ ਜਾਂਦੇ ਆ ਤੇ ਕੁਝ ਬਿਲਕੁਲ ਨਗੂਣੀ ਜੀ ਤਨਖਾਹ ਤੇ ਵੀ ਕੰਮ ਕਰਦੇ ਆ ਇਹ ਅਧਿਆਪਕ ਜੋ ਜਿਨ੍ਹਾਂ ਤੇ ਹੁਣ ਇਹ ਕੋਹਾੜਾ ਫੇਰਿਆ ਜਾ ਰਿਹਾ ਆ ਇਹ ਟੀਚਰ ਤਕਰੀਬਨ 10 ਸਾਲ ਤੋਂ ਇਹ ਆਪਣੀ ਸੇਵਾਵਾਂ ਨਿਵਾ ਰਹੇ ਸੀ ਪਰ ਹੁਣ ਸਕੇਲ ਇਹਨਾਂ ਦਾ ਜੋ ਤਨਖਾਹ ਸੀ 40-45 ਹਜ਼ਾਰ ਦੇ ਕਰੀਬ ਇਹ ਵਿਚਾਰੇ ਲਈ ਜਾਂਦੇ ਸੀਗੇ ਪਰ ਹੁਣ ਨਵੀਂ ਇਹ ਸਰਕਾਰ ਨੇ ਸ਼ੋਸ਼ਾ ਛੱਡ ਦਿੱਤਾ ਕਾਰਵਾਈ ਜਿਹੜੀ ਆ ਅੰਦਰ ਜੋਗ ਆ ਜਿਹੜੀ ਉਹ ਸ਼ੁਰੂ ਕੀਤੀ ਆ ਵੀ 10300 ਤੇ ਹੀ ਇਹ ਟੀਚਰ ਕੰਮ ਕਰਨਗੇ ਜਾਂ ਕਰਨਾ ਜੇ ਪੱਕੇ ਹੋਣਾ ਤਾਂ ਕਰ ਲੋ ਜੇ ਕੱਚੇ ਰਹਿਣਾ ਤਾਂ ਇਸੇ ਤੇ ਰਹੋ ਇਹ ਇੱਕ ਸਰਕਾਰ ਦੀ ਚਾਲ ਆ ਇਹ ਸਰਕਾਰ ਬੰਡੀਆਂ ਪਾ ਰਹੀ ਆ ਆਪਦੇ ਤੌਰ ਤੇ ਬੀਜੇ ਡਰਾਵਾ ਵੀ ਨਾਲ ਦੇਈ ਜਾਂਦੀ ਆ ਵੀ ਜੇ 10 300 ਤੇ ਤੁਸੀਂ ਕਰੋਗੇ ਤਾਂ ਤੁਸੀਂ ਪੱਕੇ ਹੋ ਜਾਓਗੇ ਜੇ ਤੁਸੀਂ ਨਹੀਂ ਪੂਰਾ ਠੇਕੇ ਵਾਲਾ ਸਕੇਲ ਲਓਗੇ ਤਾਂ ਤੁਸੀਂ ਇੱਥੇ ਹੀ ਠੇਕੇ 'ਚ ਤੁਰੇ ਫਿਰੋਗੇ ਪਰ ਸਰਕਾਰ ਵਾਸਤੇ ਇਹ ਪੁੱਛਣਾ ਚਾਹੁੰਦੇ ਅਸੀਂ ਵੀ ਇਹ ਬਰਾਬਰ ਕੰਮ ਕਰਦੇ ਆ ਇਹਨਾਂ ਦੀ ਕੁਆਲੀਫਿਕੇਸ਼ਨ ਸਾਡੇ ਤੋਂ ਕਿਤੇ ਜ਼ਿਆਦਾ ਰੈਗੂਲਰ ਟੀਚਰਾਂ ਤੋਂ ਪੁਰਾਣਿਆਂ ਤੋਂ ਵੀ ਜ਼ਿਆਦਾ ਆ ਪਰ ਅੱਜ ਇਹ ਸੜਕਾਂ ਤੇ ਆਉਣ ਲਈ ਮਜਬੂਰ ਹਨ ਪਹਿਲਾ ਦੇਖੋ ਆਪਾਂ ਆਮ ਖਬਰਾਂ ਵਿੱਚ ਰੋਜ਼ ਪੜ੍ਹਦੇ ਆਂ ਸੁਣਦੇ ਆਂ ਕਿ ਜਿਹੜਾ ਆਂਦਾ ਤਾਇਆ ਮਜ਼ਦੂਰ ਆ ਉਹ ਖੋਦ ਕਸ਼ੀਆਂ ਕਰ ਰਿਹਾ ਕਿਉਂ ਕਰ ਰਿਹਾ ਉਹ ਸਰਕਾਰ ਦੀਆਂ ਕੋਝੀਆਂ ਚਾਲਾਂ ਕਰਕੇ ਕਰ ਰਿਹਾ ਨੰਬਰ 2 ਤੇ ਹੁਣ ਜੋ ਸਮਾਜ ਦੇ ਨਰਮਾਤਾ ਆ ਇਹ ਵੀ ਇਸ ਰਸਤੇ ਤੇ ਪਾਉਣ ਲਈ ਉਹ ਤਿਆਰ ਹੋ ਗਏ ਆ ਪਰ ਅਸੀਂ ਰੈਗੂਲਰ ਟੀਚਰ ਇਹਨਾਂ ਦਾ ਸਾਥ ਦੇਣ ਲਈ ਹਰ ਵੇਲੇ ਤਿਆਰ ਆਂ ਇਹ ਪਵਾ ਪਿੱਛੇ ਹੋਣ ਅਸੀਂ ਨਾਲ ਤੋਂ ਅੱਗੇ ਹੋ ਕੇ ਇਹਨਾਂ ਦਾ ਸਾਥ ਦੇਵਾਂਗੇ ਇਹ ਜਿਹੜੀ ਸਰਕਾਰ ਦੀ ਕੋਝੀ ਚਾਲ ਆ ਉਸ ਨੂੰ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਅੰਤ ਵਿੱਚ ਮੈਂ ਕਹੀ ਜਾਂ ਕੰਨੀ ਆ ਕਿ ਜੇ ਇਹ ਸਰਕਾਰ ਨੇ ਇਹ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਅਸੀਂ ਇਹ ਤਿੱਖੇ ਕੋਹਲਾਂ ਨੂੰ ਤਲਵਾਰਾਂ ਦੇ ਥਾਂ ਤੇ ਪੇਸ਼ ਕਰਾਂਗੇ ਤੇ ਅਸੀਂ ਆਪਦਾ ਬਣਦੇ ਹੱਕ ਇਹਨਾਂ ਭੈਣਾ ਭਰਾਵ ਨੂੰ ਜੋ 10 300 ਦੇ ਲਾਗੂ ਕਰਾਉਣਾ ਚਾਹੁੰਦੇ ਜਿਨ੍ਹਾਂ ਨੂੰ ਉਹਨਾਂ ਤੇ ਅਸੀਂ ਪੂਰੀ ਉਹਨਾਂ ਨਾਲ ਚੱਲਾਂਗੇ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਜੋ ਸਿੱਖਿਆ ਵਿਭਾਗ ਵੱਲੋਂ ਜੋ ਸਾਡੇ ਤੇ ਜੋ ਨਵਾਂ ਫਰਮਾਨ ਜਾਰੀ ਕੀਤਾ ਗਿਆ ਉਹਦੇ ਖਿਲਾਫ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਪੰਜਾਬ ਸਰਕਾਰ ਨੂੰ ਸਾਡੇ ਵਿਭਾਗ ਨੂੰ ਕਿ ਇਹ ਫੈਸਲਾ ਜਿਹੜਾ ਬਹੁਤ ਮਾਰੂ ਨੀਤੀ ਹੈ ਪੰਜਾਬ ਸਰਕਾਰ ਇੱਕੋ ਇੱਕ ਬਹਾਨਾ ਲਾ ਰਹੀ ਹੈ ਸਾਡੇ ਆਪਣੇ ਕੋਲੇ ਕਿ ਸਾਡਾ ਖਜ਼ਾਨਾ ਖਾਲੀ ਹੈ ਔਰ ਖਜ਼ਾਨਾ ਖਾਲੀ ਦਾ ਭਰਨ ਦਾ ਤਰੀਕਾ ਦੇਖੋ ਕਿ ਨਵੇਂ ਆਪਦੇ ਹੋਰ ਸੋਰਸ ਪੈਦਾ ਕਰਨ ਦੇ ਬਜਾਏ ਜੋ ਦਿੱਤੇ ਜਾ ਰਹੇ ਆ ਜੇਬਾਂ ਦੇ ਵਿੱਚ ਪੈਸਾ ਦਿੱਤਾ ਜਾ ਰਿਹਾ ਪਿਛਲੇ 10 ਸਾਲਾਂ ਤੋਂ 4 ਸਾਲਾਂ ਤੋਂ 6 ਸਾਲਾਂ ਤੋਂ ਉਹੀ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਉਹ ਵੀ ਉਹ ਟੀਚਰ ਵਰਗ ਦੇ ਵਿੱਚੋਂ ਸਿਰਫ ਕੱਲੇ ਸਿੱਖਿਆ ਵਿਭਾਗ ਦੇ ਚੋਂ ਜਿਹੜਾ ਪੈਸਾ ਜਿਹੜਾ ਕੱਢ ਕੇ ਉਹਨਾਂ ਦੀ ਜੇਬਾਂ ਦੇ ਚੋਂ ਖਜ਼ਾਨਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਇਹਨਾਂ ਦੇ ਆਪ ਦੇ ਖਰਚੇ ਬਿਲਕੁਲ ਘਟ ਨਹੀਂ ਕੀਤੇ ਜਾ ਰਹੇ। ਕੋਈ ਮੰਤਰੀ ਹੈ ਇਹਨਾਂ ਦੇ ਖਰਚੇ ਘੱਟ ਨਹੀਂ ਹੋ ਰਹੇ ਸੀਐਮ ਸਾਹਿਬ ਦੇ ਖਰਚੇ ਘੱਟ ਨਹੀਂ ਹੋ ਰਹੇ ਕਿਸੇ ਹੋਰ ਵਿਭਾਗ ਦੀ ਗੱਲ ਕਰੀਏ ਤਾਂ ਕਿਸੇ ਵੀ ਭਾਗ ਦੇ ਵਿੱਚ ਕੋਈ ਵੀ ਖਰਚਾ ਜਿਹੜਾ ਉਹ ਘੱਟ ਕਰਨ ਦੀ ਗੱਲ ਨਹੀਂ ਕੀਤੀ ਜਾ ਰਹੀ ਸਿਰਫ ਇੱਕੋ ਹੀ ਵਿਭਾਗ ਜਿਹੜਾ ਸਮਾਜ ਨੂੰ ਸੇਧ ਦਿੰਦਾ ਹੈ ਨਵੇਂ ਸਮਾਜ ਦੀ ਸਿਰਜਣਾ ਕਰਦਾ ਉਸੇ ਦੇਤੇ ਕੁਆੜਾ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਇੱਕ ਹੋਰ ਖਾਸ ਗੱਲ ਦੇਖੋ ਤੁਸੀਂ ਕ੍ਰਿਸ਼ਕ ਮਾਰਜੀ ਕਹਿ ਰਹੇ ਆ ਕਿ ਅਸੀਂ ਇਹਨਾਂ ਨੂੰ ਇੱਕ ਆਪਸ਼ਨ ਦੇ ਰਹੇ ਹਾਂ ਕਿ ਅਸੀਂ ਜੇਕਰ ਤੁਸੀਂ 10 ਦਿਨ ਸੇ ਦੇ ਕੰਮ ਕਰਨਾ ਚਾਹੁੰਦੇ ਆ ਤਾਂ ਕਰ ਲਓ ਨਹੀਂ ਤੁਸੀਂ ਪੁਰਾਣੀ ਜਿਹੜੀ ਆ ਉਹਦੇ ਤੇ ਕੰਟੈਕਟ ਦੇ ਉੱਤੇ ਕੰਮ ਕਰੀ ਜਾਓ ਸਾਨੂੰ ਇੱਚ ਕੋਈ ਇਤਰਾਜ਼ ਨਹੀਂ ਪਰ ਦੇਖੋ ਇਹ ਇੱਕ ਚਾਲ ਚੱਲੀ ਜਾ ਰਹੀ ਹੈ ਸਾਡੇ ਸਾਰੇ ਮੁਲਾਜ਼ਮ ਵਰਗਾਂ ਨਾਲ ਕਿ ਉਹਨਾਂ ਨੇ ਇੱਕ ਇੱਕ ਐਫੀਡਿਵਟ ਤਿਆਰ ਕੀਤਾ ਗਿਆ ਜਿਹਦੇ ਵਿੱਚ ਇਹਨਾਂ ਨੇ ਸਪੈਸ਼ਲ ਤੌਰ ਤੇ ਇਹ ਗੱਲ ਲਿਖੀ ਗਈ ਹੈ ਕਿ ਅਸੀਂ ਜਿੰਨੀ ਵੀ ਪੁਰਾਣੀ ਸਰਵਿਸ ਹੈ ਉਹਦੇ ਤੇ ਵੀ ਰਜ਼ਾਈਂ ਦਿੰਦੇ ਆ ਤੇ ਨਵੀਂ ਸਰਵਿਸ ਸਰਵਿਸ ਅਸੀਂ ਜੁਆਇਨ ਕਰਦੇ ਆ ਕਿਉਂਕਿ ਇਹਨਾਂ ਨੂੰ ਇਹ ਖਾਲ ਦਾ ਪਤਾ ਹੈ ਕਿਉਂਕਿ ਕੋਰਟ ਦੇ ਮਾਨਯੋਗ ਕੋਰਟਾਂ ਨੇ ਇਹ ਗੱਲ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਾਗਾ ਕਿ ਜੇਕਰ ਕੋਈ ਮੁਲਾਜ਼ਮ ਜਿਹੜਾ ਪਿਛਲੇ 10 ਸਾਲ ਤੋਂ 15 ਸਾਲ ਤੋਂ ਕੰਮ ਕਰਦਾ ਤੇ ਉਹਨੂੰ ਵਾਪਸ ਉਹਦੀ ਤਨਖਾਹ ਜਿਹੜੀ ਆ ਉਹ ਘਟਾਈ ਜਾਵੇ ਮਾਂ ਜੋ ਕੋਟਾ ਕਦੇ ਵੀ ਇਸ ਚੀਜ਼ ਨੂੰ ਜਿਹੜੀ ਆ ਉਹ ਐਗਰੀ ਨਹੀਂ ਕਰਦੀਆਂ ਗੀਆਂ ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਇਸੇ ਕਰਕੇ ਇਹਨਾਂ ਨੇ ਕੈਫੀ ਡਿਫਟ ਤਿਆਰ ਕੀਤਾ ਗਿਆ ਜਿਦੇ ਵਿੱਚ ਸਾਡੇ ਤੋਂ ਬੜੀ ਚਲਾਕੀ ਨਾਲ ਇਹ ਸਾਈਨ ਕਰਵਾਉਣਗੇ ਪਹਿਲਾਂ ਜਿਦੇ ਵਿੱਚ ਕਹਿਣਗੇ ਕਿ ਤੁਸੀਂ ਆਪਣੀ ਪੁਰਾਣੀ ਸਰਕ ਸਰਵਿਸ ਤੋਂ ਜਿਹੜੀ ਹੈ ਉਹ ਰਿਜਾਇਨ ਦਿਓ ਔਰ ਨਵੀਂ ਸਰਵਿਸ ਜੁਆਇਨ ਕਰੋ ਕਿਉਂਕਿ ਜੋ 15 11 15 ਦੀ ਲੈਟਰ ਹੈਗੀ ਹੈ ਜੋ ਜਾਰੀ ਕੀਤੀ ਸੀਗੀ ਪਿਛਲੇ ਸਰਕਾਰ ਨੇ ਉਹ ਲੈਟਰ ਸਿਰਫ ਨਵੀਆਂ ਨਿਯੁਕਤੀਆਂ ਦੇ ਸਬੰਧ ਵਿੱਚ ਹੈ ਕਿਸੇ ਪੁਰਾਣੇ ਕੰਮ ਕਰਦੇ ਮੁਲਾਜ਼ਮ ਨੂੰ ਸ਼ਿਫਟ ਕਰਕੇ ਰੈਗੂਲਰ ਕਰਨ ਦੇ ਸਬੰਧ ਵਿੱਚ ਬਿਲਕੁਲ ਵੀ ਨਹੀਂ ਹੈ ਇਸੇ ਚੀਜ਼ ਨੂੰ ਜਿਹੜੀ ਆ ਉਹ ਉਸ ਨਾਲ ਜੋੜ ਦੇ ਇਸ ਢੰਗ ਨਾਲ ਕਿ ਪ੍ਰਾਣੀ ਜਿਹੜੀ ਆ ਸਰਵਿਸ ਤੁਸੀਂ ਜੁਆਇਨ ਰੀਜਾਇਨ ਕਰ ਦਿਓ ਤੇ ਨਵੀਂ ਸਰਵਿਸ ਦੇ ਵਿੱਚ ਜਿਹੜੀ ਨਿਯੁਕਤੀ ਤੁਹਾਨੂੰ ਦਿੱਤੀ ਜਾਊਗੀ ਤਾਂ ਕਿ ਤੁਹਾਨੂੰ ਉਸ ਉਸ ਲੈਟਰ ਦੇ ਤਹਿਤ ਜਿਹੜਾ ਲਿਆਂਦਾ ਜਾ ਸਕੀ ਤਾਂ ਕਿ ਜਿਹੜੇ ਮੁਲਾਜ਼ਮਾ ਮੁੜ ਕੇ ਆਪ ਦਾ ਲੀਗਲੀ ਵੀ ਕੋਈ ਪੱਖ ਜਿਹੜਾ ਉਹ ਨਾ ਰੱਖ ਸਕਣਾ ਇਹ ਬੜੀ ਕੋਝੀ ਚਾਲ ਹੈ ਜਿਹੜੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਮੁਲਾਜ਼ਮ ਬਿਲਕੁਲ ਇਸ ਤੋਂ ਸੁਚੇਤ ਹਨ ਤੇ ਜੇਕਰ ਇਹਨਾਂ ਨੇ ਕੱਟ ਹੀ ਲਾਉਣੇ ਆ ਤੇ ਬਾਕੀ ਹੋਰ ਬਹੁਤ ਸਾਰੇ ਵਿਭਾਗ ਹੈਗੇ ਆ ਜਿੰਨੇ ਵਿਭਾਗ ਹੈਗੇ ਆ ਉਹਨਾਂ ਤੋਂ ਜੀ ਕੱਟ ਲਾ ਸਕਦੇ ਆ ਜਾਂ ਹੋਰ ਆਪਦੇ ਖਰਚੇ ਘਟਾ ਸਕਦੇ ਨੀ ਹੋਏਗਾ اور ਬਿਲਕੁਲ 10 300 ਦੀ ਇਸ ਪਾਲਿਸੀ ਜਿਹੜੀ ਆ ਸਰਕਾਰ ਦੀ ਅਸੀਂ ਸਵੀਕਾਰ ਨਹੀਂ ਕਰਾਂਗੇ ਤਿੱਖੇ ਸੰਘਰਸ਼ ਕੀਤੇ ਜਾਣਗੇ ਮੈਂ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਚਾਹਣਾ ਕਿ ਜਿਹੜੇ ਕੰਪਿਊਟਰ ਅਧਿਆਪਕ ਦੀ ਭਰਤੀ ਕੀਤੀ ਗਈ ਸੀ ਉਹ ਪੰਜਾਬ ਸਟੇਟ ਵੱਲੋਂ ਖੁਦ ਵੱਲੋਂ ਕੀਤੀ ਗਈ ਸੀ ਔਰ ਜਿਹੜੀ ਸਾਡੀ ਫੰਡਿੰਗ ਹੈ ਉਹ 100% ਜਿਹੜੀ ਹੈਗੀ ਆ ਉਹ ਸਟੇਟ ਗਵਰਨਮੈਂਟ ਕਰ ਰਹੀ ਹੈ ਔਰ ਸਾਡੇ ਮਾਮਲੇ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੇ ਮਾਮਲੇ ਵਿੱਚ ਸਰਕਾਰ ਕੋਲੇ ਕੋਈ ਇਹੋ ਜਿਹਾ ਬਹਾਨਾ ਨਹੀਂ ਕਿ ਸਾਡੇ ਤੇ ਵਿੱਤੀ ਬੋਝ ਪੈ ਰਿਹਾ ਹੈ ਅ ਅਲੱਗ ਤੋਂ ਪਏਗਾ ਉਹ ਆਲਰੇਡੀ ਜਿਹੜਾ ਵਿਤੀ ਬੋਝ ਹੈਗਾ ਉਹਨਾਂ ਤੇ ਪੈ ਰਿਹਾ ਉਹ ਖਜ਼ਾਨੇ ਦੇ ਵਿਭਾਗ ਦੇ ਵਿੱਚ ਜਿਹੜਾ ਹੈਗਾ ਉਹ ਜਿੱਥੋਂ ਬਾਕੀ ਮੁਲਾਜ਼ਮਾਂ ਦੀਆਂ ਤਨਖਾਹਾਂ ਨਿਕਲਦੀਆਂ ਉੱਥੋਂ ਸਾਡਾ ਜਿਹੜਾ ਹੈਗਾ ਉਸੇ ਹੈੱਡ ਦੇ ਵਿੱਚੋਂ ਸਾਡੀਆਂੜੀਆਂ ਤਨਖਾਹਾਂ ਬਕਾਇਦਾ ਜਾਰੀ ਹੋ ਰਹੀਆਂ ਔਰ ਦੇਖੋ ਜੇ ਗੱਲ ਕਰਦੇ ਆਪਾਂ ਇਹਨਾਂ ਦੇ ਐਮ.ਐਲ.ਏ.ਸ ਵਗੈਰਾ ਦੀ ਜਾਂ ਇਹਨਾਂ ਦੇ ਮਿਨਿਸਟਰਸ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ 15-15000 ਰੁਪਏ ਜਿਹੜਾ ਹੈਗਾ ਇਹ ਸਿਰਫ ਜਿਹੜਾ ਹੈਗਾ ਫੋਨ ਦਾ ਅਲਾਉਂਸ ਦੇ ਰਹੇ ਔਰ ਦੇਖੋ ਇੱਕ ਬੰਦਾ ਜਿਹੜਾ ਹੈਗਾ ਉਹ ਕੱਲੇ ਆਪਣੇ ਫੋਨ ਕਾਲਸ ਵਾਸਤੇ 15000 ਰੁਪਏ ਅਲਾਉਂਸ ਲੈ ਰਿਆ ਜਿਹੜਾ ਕਿ ਬਹੁਤ ਪੁਰਾਣਾ ਚੱਲ ਰਿਹਾ ਹੈ ਪੁਰਾਣਾ ਚੱਲ ਰਿਹਾ ਐਕਟ ਹੈ ਔਰ ਸਾਡੇ ਸੀਐਮ ਸਾਹਿਬ ਨੇ ਸਿਰਫ ਇੱਕ ਅਪੀਲ ਕੀਤੀ ਹੈ ਕਿ ਤੁਸੀਂ ਜਿਹੜਾ ਹੈਗਾ ਇੱਕ ਤਾਂ ਅਲਾਉਂਸ ਦਾ ਜਿਹੜਾ ਇਹ ਘਟਾਓ ਦੂਜਾ ਉਹਨਾਂ ਨੇ ਕਿਹਾ ਸੀ ਕਿ ਜਿੰਨੇ ਐਮਐਲਏਸ ਜਾਂ ਮਿਨਿਸਟਰ ਹੈਗੇ ਉਹਨਾਂ ਸਾਰਿਆਂ ਦਾ ਇਨਕਮ ਟੈਕਸ ਜਿਹੜਾ ਹੈਗਾ ਉਹ ਵੀ ਸਟੇਟ ਗਵਰਨਮੈਂਟ ਜਿਹੜੀ ਹੈਗਾ ਖੁਦ ਤਾਰ ਰਹੀ ਹੈ ਔਰ ਦੇਖੋ ਇੱਕ ਸੀਐਮ ਸਾਹਿਬ ਅਪੀਲ ਕਰ ਰਹੇ ਉਹਨਾਂ ਨੂੰ ਕਿ ਤੁਸੀਂ ਜਿਹੜੀ ਹੈਗੀ ਆ ਇਹ ਆਪਣਾ ਇਨਕਮ ਟੈਕਸ ਖੁਦ ਤਾਰੋ ਔਰ ਸਾਡੇ ਉੱਤੇ ਇੰਪੋਜ਼ ਕੀਤਾ ਜਾ ਰਿਹਾ ਕਿ ਤੁਸੀਂ 10-300 ਰੁਪਇਆ ਇਹ ਜਿਹੜਾ ਹੈਗਾ ਲਓ ਔਰ ਇੱਕ ਦੂਜੀ ਗੱਲ ਮੈਂ ਇਹ ਵੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਹੈ ਕਿ ਜਿਹੜੇ ਬੰਦੇ ਆਉਣਾ ਚਾਹੁੰਦੇ ਆਓ ਜਿਹੜੇ ਨਹੀਂ ਆਉਣਾ ਚਾਹੁੰਦੇ ਨਾ ਆਓ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜੇਕਰ ਬੰਦੇ ਇਹ 10300 ਨੂੰ ਜੁਆਇਨ ਨਹੀਂ ਕਰਦੇ ਤਾਂ ਉਹ ਕੀ ਕਰਦੇ ਆ ਕਿ 6-6 ਮਹੀਨੇ ਤੱਕ ਜਿਹੜੇ ਹੈਗੇ ਉਹਨਾਂ ਦੀਆਂ ਤਨਖਾਹਾਂ ਰੋਕ ਲੈਂਦੇ ਆ ਔਰ ਜਦੋਂ ਤਨਖਾਹਾਂ ਰੋਕਦੇ ਆ ਜਾਂ ਤਨਖਾਹਾਂ ਵਾਸਤੇ ਰਿਆਲੀਆਂ ਕੀਤੀਆਂ ਜਾਂਦੀਆਂ ਤਾਂ ਉੱਥੇ ਇਹਨਾਂ ਦਾ ਜਵਾਬ ਕੀ ਹੁੰਦਾ ਕਿ ਤੁਸੀਂ ਤੁਹਾਨੂੰ ਆਪਸ਼ਨ ਦਿੱਤੀ ਸੀ ਇਹਨਾਂ ਦਾ ਬਿਲਕੁਲ ਇਹੀ ਜਵਾਬ ਹੋਏਗਾ ਕਿ ਤੁਹਾਨੂੰ ਆਪਸ਼ਨ ਦਿੱਤੀ ਸੀ ਕਿ ਤੁਸੀਂ ਵਿਭਾਗ ਵਿੱਚ ਆ ਜਾਓ ਇਸ ਕਰਕੇ ਤੁਸੀਂ ਵਿਭਾਗ ਵਿੱਚ ਨਹੀਂ ਆਏ ਇਸ ਕਰਕੇ ਅਸੀਂ ਸੁਸਾਇਟੀ ਵਿੱਚ ਦਾ ਤੁਹਾਡੀਆਂ ਤਨਖਾਹਾਂ ਇਸ ਤਰੀਕੇ ਨਾਲ ਹੀ ਆਉਣਗੀਆਂ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਜਿਹੜੀਆਂ ਹੈ ਸੁਸਾਇਟੀਆਂ ਦੇ ਅੰਡਰ ਜਿਹੜੇ ਹੈਗੇ ਭਰਤੀ ਹੋਏ ਸੀਗੇ ਉਹਨਾਂ ਨੂੰ ਅਬਜ਼ਰਵ ਜਾਂ ਸ਼ਿਫਟ ਕੀਤਾ ਗਿਆ ਔਰ ਸਾਡੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ ਅ ਸਿੱਖਿਆ ਵਿਭਾਗ ਦੇ ਵਿੱਚ ਜਿਹੜਾ ਹੈਗਾ ਉਹ ਅਬਜ਼ਰਵ ਕੀਤਾ ਜਾਵੇ ਮਰਜ ਕੀਤਾ ਜਾਵੇ ਅਸੀਂ ਆਲਰੇਡੀ ਜਿਹ ਹੈਗਾ ਸਟੇਟ ਗਵਰਨਮੈਂਟ ਦੇ ਵਿੱਚੋਂ ਪੇ ਲੈ ਰਹੇ ਆਂ ਅਸੀਂ ਸਾਰੇ ਭੱਤਿਆਂ ਦੇ ਸਮੇਤ ਜਿਹੜੀਆਂ ਹੈ ਤਨਖਾਹਾਂ ਉਹ ਲੈ ਰਹੇ ਹੈਗੇ ਸੋ ਸੂਬਾ ਸਰਕਾਰ ਦਾ ਇਹ ਫੈਸਲਾ ਹੈ ਕਿ ਕੇਂਦਰ ਸਰਕਾਰ ਨੇ ਸਾਫ਼ ਕਹਿ ਦਿੱਤਾ ਹੈ ਕਿ ਕੇਂਦਰ ਹੁਣ ਸਾਡੇ ਤੇ ਟੇਕ ਨਾ ਰੱਖੇ ਤੇ ਪੰਜਾਬ ਸਰਕਾਰ ਨੇ ਸਰਫਾਕਾਰੀ ਅਦੀਨ ਅਧਿਆਪਕਾਂ ਤੇ ਇਹ ਫੈਸਲਾ ਲਾਗੂ ਕਰਨ ਦੀ ਗੱਲ ਕਹੀ ਹੈ ਦੂਜੇ ਪਾਸੇ ਅਧਿਆਪਕ ਜਥੇਬੰਦੀਆਂ ਨੂੰ ਸਰਕਾਰ ਦਾ ਇਹ ਫੈਸਲਾ ਮਨਜ਼ੂਰ ਨਹੀਂ ਹੁਣ ਦੇਖਣਾ ਹੋਏਗਾ ਕਿ ਅਧਿਆਪਕਾਂ ਦੀ ਇਹ ਜਿੱਦ ਤੇ ਅਧਿਆਪਕਾਂ ਦੀ ਮੰਗ ਸੂਬਾ ਸਰਕਾਰ ਮੰਨਦੀ ਹੈ ਜਾਂ ਸੂਬਾ ਸਰਕਾਰ ਇਸ ਮੰਗ ਨੂੰ ਲਾਗੂ ਕਰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਧਿਆਪਕਾਂ ਦੇ ਭੁੱਖ ਦਾ ਕੀ ਫੈਸਲਾ ਹੋਏਗਾ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮੇਸ਼ੀਆ ਟੀਵੀ